खबर की नजर। हाँ हाँ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਅੱਜ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਾਣਕਾਰੀ ਕਿ ਪੰਜਵੇਂ ਗੇੜ ਦੀ ਹੋਗੀ ਚੋਣ ਤੇ ਉਹਦੇ ਵਿੱਚ ਕੋਈ ਜ਼ਿਆਦਾ ਵੋਟਿੰਗ ਨਹੀਂ ਹੋਈ। ਜੇ ਐਵਰੇਜ ਦੇਖੀਏ 59% ਯਾਨੀ 60-69% ਤੇ ਦੂਜੀ ਖਬਰ ਜਿਹਦੇ ਬਾਰੇ ਲਗਾਤਾਰ ਕਹਿੰਦੇ ਸੀ ਕਿ ਏਕੇ ਚ ਬਰਕਤ ਹੁੰਦੀ ਹੈ ਤੇ ਤੁਸੀਂ ਬਿਨਾਂ ਤਿਆਰੀ ਤੋਂ ਬਿਨਾਂ ਹੋਮਵਰਕ ਤੋਂ ਜਿਹੜੀ ਪਹਿਲੀ ਕ੍ਰੈਡੀਬਿਲਿਟੀ ਵੀ ਕਿਸਾਨਾਂ ਦੀ ਬਣੀ ਸੀ ਦਿੱਲੀ ਦੇ ਵਿੱਚ, ਉਹਨੂੰ ਵੱਡਾ ਨੁਕਸਾਨ ਨਾ ਪਹੁੰਚਾਓ, ਗੱਲ ਉਹੀ ਹੋਈ। ਕਿਸਾਨਾਂ ਨੇ ਬਿਨਾਂ ਕੁਛ ਲੈਣ ਦੇਣ ਤੋਂ, ਬਿਨਾਂ ਕੋਈ ਗੱਲਬਾਤ ਤੋਂ 33 ਦਿਨਾਂ ਬਾਅਦ ਰੇਲਵੇ ਟਰੈਕ ਤੋਂ ਧਰਨਾ ਚੱਕ ਦਿੱਤਾ, ਉਹਦੀ ਗੱਲ ਕਰਾਂਗੇ ਆਪਾਂ। ਤੇ ਨਾਲ ਗੱਲ ਮੋਦੀ ਸਾਹਿਬ ਨੇ ਆਉਣਾ ਹੈ 23 ਤਰੀਕ ਨੂੰ ਪਟਿਆਲੇ, ਬੜੀ ਤਿਆਰੀ ਹੋ ਰਹੀ ਹੈ, ਪਹਿਲਾਂ ਲੀਡਰ ਲੱਗੇ ਹੋਏ ਨੇ। ਅੱਜ ਹਰਦੀਪ ਸਿੰਘ ਪੁਰੀ ਸਾਹਿਬ ਆ ਰਹੇ ਨੇ, ਉਹਨਾਂ ਦੇ ਕੈਬਨਿਟ ਮੰਤਰੀ ਪਟਿਆਲੇ ਦੇ ਵਿੱਚ। ਬਹੁਤ ਸਾਰੇ ਸਿੱਖਾਂ ਦੀ ਮੀਟਿੰਗ ਹੋਣੀ ਹੈ ਜਿਨ੍ਹਾਂ ਨੇ ਮੋਦੀ ਸਾਹਿਬ ਜਾਂ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਨੀ ਹੈ, ਇਹਦੀ ਵੀ ਗੱਲ ਕਰਾਂਗੇ। JP ਨੱਡਾ ਸਾਹਿਬ ਨੇ ਜਿਹੜੀ RSS ਤੇ ਟਿੱਪਣੀ ਕੀਤੀ ਹੈ ਉਹਦੇ ਬਾਰੇ ਵੀ ਥੋੜ੍ਹੀ ਬਹੁਤੀ ਗੱਲਬਾਤ ਕਰਨੀ ਬਣਦੀ ਹੈ। ਪੰਜਾਬ ਦੀ ਗਰਮੀ ਔਰ ਛੁੱਟੀਆਂ ਕਰਤੀਆਂ, ਉਸ ਗਰਮੀ ਦੇ ਵਿੱਚ ਪਤਾ ਨਹੀਂ ਸਾਡੀ ਸਰਕਾਰ ਨੂੰ ਕੀ ਹੋਇਆ, ਫੈਸਲੇ ਬੜੇ ਕਮਾਲ ਦੇ ਲੈਂਦੀ ਹੈ। ਇੱਕ ਦਿਨ ਪਹਿਲਾਂ ਫੈਸਲਾ ਲਿਆ ਸੀ ਕਿ ਸਕੂਲਾਂ ਦਾ ਟਾਈਮ ਚੇਂਜ ਕਰ ਦਿਓ, ਸਵੇਰੇ 7 ਤੋਂ 12 ਤੱਕ ਜਾਣ ਬੱਚੇ, ਗਰਮੀ ਬਹੁਤ ਹੁੰਦੀ ਹੈ। ਤੋ ਇੱਕ ਦਿਨ ਬਾਅਦ ਕਹਿੰਦੇ ਚਲੋ ਛੁੱਟੀ ਕਰ ਦਿੰਦੇ ਹਾਂ। ਕਿਸ ਕਿਸਮ ਦੀ ਬਿਊਰੋਕ੍ਰੇਸੀ, ਕਿਸ ਕਿਸਮ ਦੇ ਅਫਸਰ ਮਾਨ ਸਾਹਿਬ ਦੇ ਨੇ, ਇਹ ਵੀ ਗੱਲ ਕਰਾਂਗੇ। ਤੇ ਕੱਲ ਸੁਰਜੀਤ ਪਾਤਰ ਦਾ ਭੋਗ ਸੀ, ਭਗਵੰਤ ਮਾਨ ਨੇ ਰੋਡ ਸ਼ੋਅ ਵੀ ਕਰਨਾ ਸੀ ਲੁਧਿਆਣੇ ਤੇ ਭੋਗ ਤੇ ਵੀ ਪਹੁੰਚੇ, ਬਲਤਾਰ ਸਿੰਘ ਸਦਵਾ ਵੀ ਸੀ, ਹੋਰ ਬਹੁਤ ਸਾਰੇ ਸੀ। ਗੱਲ ਕਰਾਂਗੇ ਭੋਗ ਦੀ ਡਿਟੇਲ ਦੇ ਵਿੱਚ। ਤੇ ਨਾਲੇ ਫਿਰ ਕੇਜਰੀਵਾਲ ਸਾਹਿਬ ਦੀਆਂ ਕਈ ਖਬਰਾਂ ਨੇ ਜਿਨ੍ਹਾਂ ਚ ਉਹਨਾਂ ਦੇ PA ਬਿਬਕ ਕੁਮਾਰ ਜੀ ਦਾ ਬੜਾ ਦੁੱਖ ਹੈ, ਕੇਜਰੀਵਾਲ ਸਾਹਿਬ ਨੂੰ ਕਿ ਸਵਾਤੀ ਮਾਲੀਵਾਲ ਨੇ ਉਹਨੂੰ ਫਸਾਤਾ। ਤੇ ਦੂਜੀ ਗੱਲ ਆਪਾਂ ਕਰਨੀ ਹੈ ਕਿ ਹੁਣ ਜਿਹੜਾ 7 ਕਰੋੜ ਰੁਪਇਆ ਬਾਹਰੋਂ ਆਇਆ ਉਹਦਾ ਵੀ ਮਸਲਾ ਵੱਡਾ ਬਣ ਸਕਦਾ ਹੈ, ਉਹਦੇ ਵਿੱਚ ਵੀ ਜਿਹੜਾ ਹੈ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਫਸ ਸਕਦੀ ਹੈ। ਹੈਲੀਕਾਪਟਰ ਹਾਦਸਾ ਹੋਇਆ ਇੱਕ ਇਰਾਨ ਦੇ ਵਿੱਚ, ਉੱਥੇ ਉਹਨਾਂ ਦੇ ਰਾਸ਼ਟਰਪਤੀ ਜਿਹੜੇ ਨੇ 63 ਸਾਲ ਦੀ ਉਮਰ ਇਬਰਾਹਿਮ ਰਾਇਸੀ ਦੀ ਚੱਲ ਵਸੇ। ਭਾਰਤ ਨੇ ਤਾਂ ਸ਼ੋਕ ਪ੍ਰਗਟ ਕੀਤਾ ਪਰ ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਹੈ। ਖੁਸ਼ੀ ਕਿਉਂ ਮਨਾਈ, ਕਿਉਂ ਜਿਹੜਾ ਹੈ ਦੁੱਖ ਤਾਂ ਜਿਹਨਾਂ ਨੇ ਪ੍ਰਗਟ ਕੀਤਾ, ਉਹ ਓਫੀਸ਼ੀਅਲ ਅੱਜ ਦਾ ਦਿਨ ਸ਼ੋਕ ਮਨਾਉਣਾ, ਕੌਮੀ ਸ਼ੋਕ ਦਾ ਦਿਨ ਹੈ ਭਾਰਤ ਲਈ, ਤੇ ਕੀ ਅਸਰ ਦੁਨੀਆਂ ਤੇ ਭਾਰਤ ਤੇ ਪੈ ਸਕਦਾ, ਇਹ ਵੀ ਗੱਲ ਕਰਾਂਗੇ। ਸੁਖਪਾਲ ਸਿੰਘ ਖਹਿਰਾ ਦੇ ਜਿਹੜਾ ਪ੍ਰਵਾਸੀਆਂ ਬਾਰੇ ਦਿੱਤਾ ਬਿਆਨ ਹੈ ਉਹ ਤੇ ਵਿਵਾਦ ਸ਼ੁਰੂ ਹੋ ਗਿਆ, ਕੱਲ ਵੀ ਤੁਹਾਨੂੰ ਦੱਸਿਆ ਸੀ। ਵੈਸੇ ਸੁਖਪਾਲ ਸਿੰਘ ਖਹਿਰਾ ਤੇ ਕਿਉਂ ਵਿਵਾਦ ਕਰਦੇ ਹੋ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮੈਨੀਫੈਸਟੋ ਹੈ ਉਹਦੇ ਵਿੱਚ ਵੀ ਇਹੀ ਜ਼ਿਕਰ ਕੀਤਾ ਹੋਇਆ ਹੈ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਗੈਰ ਪੰਜਾਬੀਆਂ ਤੇ ਰੋਕ ਲਾਵਾਂਗੇ, ਕਾਨੂੰਨ ਬਣਾ ਕੇ ਕਿ ਉਹ ਬਾਹੀ ਯੋਗ ਜ਼ਮੀਨ ਨਾ ਖਰੀਦ ਸਕਣ।
ਬਹੁਤ ਸਾਰੀਆਂ ਖਬਰਾਂ ਨੇ, ਕੁਛ ਇੰਟਰਸਟਿੰਗ ਖਬਰਾਂ ਵੀ, ਸਮਾਜ ਨਾਲ ਸੰਬੰਧਿਤ ਖਬਰਾਂ ਵੀ। ਹੁਣ ਤੁਸੀਂ ਇਹ ਦੇਖੋ ਵੀ ਇੱਕ ਨਾਬਾਲਗ ਨੇ ਜਿਹੜਾ 18 ਸਾਲ ਦਾ ਅਗਲੇ ਮਹੀਨੇ ਪੂਰਾ ਹੋ ਜੂ, ਉਹਨੇ 2-2.5 ਕਰੋੜ ਦੀ ਗੱਡੀ ਤੇਜ਼ ਚਲਾ ਕੇ 2 ਇੰਜੀਨੀਅਰ ਮਾਰਤੇ, ਤੇ ਕਿਆ ਕਮਾਲ ਦਾ ਜੱਜ ਹੋਏਗਾ ਜਿਹਨੇ 3 ਘੰਟੇ ਚ ਜਮਾਨਤ ਦੇਤੀ, ਇਹ ਕਹਿ ਕੇ ਸਜ਼ਾ ਦਿੱਤੀ ਕਿ ਤੂੰ 300 ਸ਼ਬਦਾਂ ਦਾ ਇੱਕ ਲੇਖ ਲਿਖ ਕੇ ਦਿਖਾ। ਇਸ ਕਿਸਮ ਦੀਆਂ ਗੱਲਾਂ ਨੇ, ਤੇ ਹੋਰ ਵੀ ਖਬਰਾਂ ਨੇ। ਇੱਕ ਵਿਚਾਰੀ ਕੁੜੀ ਟ੍ਰੋਲ ਹੋ ਗਈ, ਉਹਦੇ ਹੱਥੋਂ ਕਿਤੇ ਉਹਦੀ ਬੱਚੀ ਗਿਰ ਗਈ ਸੀ। ਇੰਨਾ ਜ਼ਿਆਦਾ ਉਹਦੇ ਬਾਰੇ ਸੋਸ਼ਲ ਮੀਡੀਆ ਤੇ ਟੀਵੀ ਤੇ ਆਇਆ ਕਿ ਲਾਪਰਵਾਹ ਮਾਂ ਹੈ, ਉਹ ਡਿਪਰੈਸ਼ਨ ਚਲੇ ਗਈ, ਕੱਲ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ। ਬਹੁਤ ਸਾਰੀਆਂ ਖਬਰਾਂ ਨੇ, ਆਪਾਂ ਕਰਦੇ ਹਾਂ ਜ਼ਿਕਰ। ਲੇਕਿਨ ਸਭ ਤੋਂ ਪਹਿਲਾਂ ਉਹੀ ਖਬਰ ਜਿਹੜੀ ਮੈਂ ਸ਼ੁਰੂ ਚ ਦੱਸੀ ਸੀ ਕਿ 5ਵੇਂ ਗੇਟ ਦੀ ਜਿਹੜੀ ਹੈ ਚੋਣ ਹੋ ਚੁੱਕੀ ਹੈ ਕੱਲ, 90% ਵੋਟਿੰਗ ਦੀ ਰਿਪੋਰਟ ਹੈ। ਜੇ ਆਪਾਂ ਓਵਰਆਲ ਦੇਖੀਏ, ਰਾਉਂਡ ਫਿਗਰ ਚ ਗੱਲ ਕਰਦੇ ਹਾਂ, ਉੜੀਸਾ ਦੇ ਵਿੱਚ 35 ਵਿਧਾਨ ਸਭਾ ਹਲਕੇ ਵੀ ਸੀ, ਤੇ ਵੈਸੇ 49 ਸੀਟਾਂ ਸੀ ਲੋਕ ਸਭਾ ਦੀਆਂ, 6 ਸੂਬੇ 2 UP ਦੇ ਵਿੱਚ ਇਹ ਵੋਟਾਂ ਪਈਆਂ ਸੀ। ਮਹਾਰਾਸ਼ਟਰ ਚ ਸਭ ਤੋਂ ਘੱਟ ਜਿਹੜੀ ਹੋਈ ਹੈ 54%, ਔਰ ਇਹਦਾ ਰੌਲਾ ਬੜਾ ਪਿਆ। ਔਰ ਉਧਰ ਠਾਕਰੇ ਨੇ ਕੰਪਲੇਂਟਸ ਵੀ ਕੀਤੀਆਂ, ਲੋਕਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਜਾਓ 5 ਵਜੇ ਤੋਂ ਪਹਿਲਾਂ ਜਾ ਕੇ ਲਾਈਨ ਚ ਲੱਗ ਜਾਓ, ਤਾਂ ਕਿ ਜਿਹੜਾ 6 ਤੋਂ ਪਹਿਲਾਂ ਲਾਈਨ ਚ ਲੱਗੂਗਾ ਉਹਦੀ ਵੋਟ ਪਵਾਉਣੀ ਪਊ। ਸ਼ਿਕਾਇਤ ਇਹ ਹੋ ਰਹੀ ਹੈ, ਇਲਜ਼ਾਮ ਇਹ ਲੱਗ ਰਹੇ ਨੇ ਕਿ ਜਾਣ ਬੁੱਝ ਕੇ ਡਿਲੇ ਕੀਤਾ ਜਾ ਰਿਹਾ ਸੀ ਲਾਈਨਾਂ ਨੂੰ, ਉੱਥੇ ਪ੍ਰੋਸੈਸ ਨੂੰ ਧੀਮਾ ਕੀਤਾ ਗਿਆ, ਹੌਲੀ ਕੀਤਾ ਗਿਆ ਤਾਂ ਕਿ ਵੋਟਾਂ ਨਾ ਪੈ ਸਕਣ ਉਸ ਥਾਵਾਂ ਤੇ, ਉਸ ਹਲਕਿਆਂ ਚ ਜਿੱਥੇ ਲੱਗਦਾ ਸੀ ਕਿ ਉਧਵ ਠਾਕਰੇ ਦੇ ਸ਼ਿਵ ਸੈਨਾ ਦੇ ਉਮੀਦਵਾਰ ਜਿੱਤ ਰਹੇ ਨੇ। ਇਸ ਕਿਸਮ ਦਾ ਇਲਜ਼ਾਮ ਲਾਇਆ ਗਿਆ। ਜੰਮੂ ਕਸ਼ਮੀਰ ਦੇ ਵਿੱਚ ਰਿਕਾਰਡ ਮਤਦਾਨ ਹੋਇਆ 60%, ਤੇ ਬਿਹਾਰ ਦੇ ਵਿੱਚ 55% ਹੀ ਹੋਇਆ। ਇਹ ਸਮਝ ਨਹੀਂ ਆ ਰਿਹਾ ਕਿ ਬਿਹਾਰ ਇਸ ਵਾਰ ਕਿੱਧਰ ਨੂੰ ਜਾਊਗਾ, ਕੀ ਨਤੀਸ਼ ਕੁਮਾਰ ਵਾਂਗ ਹੀ ਪਲਟੀ ਮਾਰੂਗਾ ਬਿਹਾਰ ਵੀ, ਇਹ ਵੀ ਬੜੀ ਦਿਲਚਸਪ ਸਥਿਤੀ ਹੋਏਗੀ। ਝਾਰਖੰਡ ਚ 64%, ਲਦਾਖ ਚ ਕਾਫੀ ਹੋਇਆ 70%, ਔਰ ਉੜੀਸਾ ਚ 69%, ਯੂਪੀ ਵੀ ਕਮਾਲ ਹੈ 58% ਹੀ ਹੋਇਆ ਉੱਥੇ, ਔਰ ਪੱਛਮੀ ਬੰਗਾਲ ਸਭ ਤੋਂ ਜ਼ਿਆਦਾ 76%। ਮੋਰ ਔਰ ਲੈਸ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜਾ 5ਵੇਂ ਗੇਟ ਦਾ ਮਤਦਾਨ ਹੈ ਇਹ ਸ਼ਾਂਤਮਈ ਰਿਹਾ। ਥੋੜੀਆਂ ਬਹੁਤੀਆਂ ਗੱਲਾਂ ਬੰਗਾਲ ਚ ਸਗਨ ਤਾਂ ਹੁੰਦਾ ਹੀ ਹੈ, ਉੱਥੇ ਵੀ ਹੋਇਆ। ਵੈਸੇ ਇੰਨੀ ਗੱਲ ਤੁਹਾਨੂੰ ਦੱਸ ਦਈਏ ਕਿ ਜਦੋਂ 2019 ਚ ਵੋਟਾਂ ਪਈਆਂ ਸੀ ਉਦੋਂ ਇਹ 64% ਸੀ, ਤੇ ਹੁਣ ਘਟਿਆ। ਔਰ ਵੈਸੇ ਉਸ ਵੇਲੇ ਇਹ ਨੰਜਾ ਦੇ ਵਿੱਚੋਂ ਜਿਹੜੀ ਹੈ NDA, ਜਿਹੜੀ ਮੋਦੀ ਸਾਹਿਬ 41 ਸੀਟਾਂ ਲੈ ਗਏ ਸੀ, ਕਾਂਗਰਸ ਦੇ ਪੱਲੇ ਸਿਰਫ 1 ਸੀਟ ਪਏ ਸੀ, ਅਦਰਜ 7 ਲੈ ਗਏ ਸੀ। ਇਸ ਕਿਸਮ ਦੀ ਗੱਲ ਹੈ। ਦੇਖਦੇ ਹਾਂ ਰਾਹੁਲ ਗਾਂਧੀ ਜਾਂ ਸਮ੍ਰਿਤੀ ਇਰਾਨੀ ਅਮੇਠੀ ਤੋਂ, ਸਭ ਦੀਆਂ ਵੋਟਾਂ ਪਲ ਪਈਆਂ ਨੇ। ਖੈਰ ਹੁਣ ਆਪਾਂ ਪੰਜਾਬ ਦੀ ਖਬਰ ਦੀ ਗੱਲ ਕਰੀਏ, ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਬਹੁਤ ਵਾਰ ਕੀਤਾ ਹੈ ਕਿ 3 ਬੰਦਿਆਂ ਦੀ ਰਿਹਾਈ ਨੂੰ ਲੈ ਕੇ ਰੇਲਵੇ ਟਰੈਕ ਤੇ ਬੈਠਣਾ। ਪਹਿਲੀ ਤਾਂ ਇਹੀ ਗੱਲ ਹੈ ਕਿ ਕਿਸਾਨਾਂ ਦੀ ਫੋਟੋ ਦੀ ਨਜ਼ਰ ਆ ਗਈ ਸੀ ਜਦੋਂ 13 ਫਰਵਰੀ ਨੂੰ, ਜਦੋਂ ਤੁਹਾਡੇ ਮਸਲੇ ਤਾਂ ਇੱਕੋ ਹੀ ਹੋਣ
13 ਫਰਵਰੀ ਨੂੰ ਕਹਿੰਦੇ ਸੀ ਦਿੱਲੀ ਜਾਣਾ ਹੈ ਤੇ ਉੱਥੇ ਬਹੁਤ ਸਾਰੇ ਲੋਕਾਂ ਦੇ ਸੱਟਾਂ ਲੱਗੀਆਂ ਔਰ ਇੱਕ ਬੰਦਾ ਸ਼ਹੀਦ ਸੁਭਕਰਨ ਹੋਇਆ, ਪ੍ਰਿਤਪਾਲ ਜਿਹੜਾ ਇੱਕ ਕਿਸਮ ਦਾ ਹੈਂਡੀਕੈਪ ਹੋ ਗਿਆ। ਇਹ ਸਾਰਾ ਕੁਛ ਹੋਇਆ ਸਿਰਫ 2 ਅੰਬਰੇਲਾ ਜਿਹੜੀਆਂ ਜਥੇਬੰਦੀਆਂ, ਜਿਹੜਾ ਹੈ ਕਿਸਾਨ ਮਜ਼ਦੂਰ ਮੋਰਚਾ ਤੇ ਦੂਜਾ ਗੈਰ ਸਿਆਸੀ ਜਿਹੜਾ ਸੰਯੁਕਤ ਕਿਸਾਨ ਮੋਰਚਾ, ਜਗਜੀਤ ਸਿੰਘ ਡੱਲੇਵਾਲ ਔਰ ਸਰਬਜੀਤ ਸਿੰਘ ਭਦੇ। ਮੈਂ ਨਹੀਂ ਕਹਿੰਦਾ ਇਹਨਾਂ ਦੀ ਹੋਮ ਹੈ, ਪਰ ਇਹ ਮੈਂ ਜ਼ਰੂਰ ਕਹਿਣਾ ਕਿ ਏਕਤਾ ਟੁੱਟੀ ਔਰ ਸਰਕਾਰ ਤੇ ਦਬਾਅ ਘਟਿਆ ਔਰ ਇਹ ਗੱਲ ਆਪ ਮੰਨੀ ਵੀ ਸਰਕਾਰ ਤੇ ਹੁਣ ਕੋਈ ਦਬਾਅ ਨਹੀਂ। ਫਿਰ ਇਕੱਲਾ ਉੱਥੇ ਨਹੀਂ, ਫਿਰ ਟਰੈਕ ਤੇ ਬੈਠ ਗਏ ਜਾ ਕੇ ਰੇਲਵੇ ਟਰੈਕ ਤੇ ਸ਼ੰਭੂ, ਕੋਈ ਅਸਰ ਨਹੀਂ ਪਿਆ, ਕੋਈ ਅਸਰ। 17 ਅਪ੍ਰੈਲ ਤੋਂ ਬੈਠ ਗਏ ਤੇ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਔਰ ਬਲਕਿ ਜਿਹੜਾ ਰੇਲਵੇ ਨੂੰ ਨੁਕਸਾਨ ਹੋਇਆ 33 ਦਿਨਾਂ ਬਾਅਦ ਬਿਨਾਂ ਕੁਛ ਲੈਣ ਦੇਣ ਤੋਂ ਚੁੱਪ ਕਰਕੇ ਉੱਠ ਖੜੇ। ਕਹਿੰਦੇ ਜੀ ਅਸੀਂ ਮੋਦੀ ਸਾਹਿਬ ਨੂੰ ਸਵਾਲ ਕਰਾਂਗੇ, ਮਗਰ ਤੁਹਾਨੂੰ ਤਾਂ ਉਹਨਾਂ ਦੇ ਉਮੀਦਵਾਰ ਕੋਲ ਨਹੀਂ ਭਟਕਣ ਦਿੰਦੇ, ਤੁਸੀਂ ਮੋਦੀ ਸਾਹਿਬ ਦੇ ਕੋਲ ਜਾ ਕੇ ਜਿਹੜੀ ਜਦੋਂ ਮੋਦੀ ਸਾਹਿਬ ਪਟਿਆਲੇ ਆਉਣਗੇ ਉਦੋਂ ਸਵਾਲ ਕਰ ਲਓਗੇ, ਤੇ ਜੇ ਸਵਾਲ ਤੁਸੀਂ ਕਰਨੇ ਨੇ ਉਹ ਤੁਸੀਂ ਜਿਹੜਾ ਹੈ ਉਹ ਮੀਡੀਆ ਰਾਹੀਂ ਹੁਣ ਕਰ ਸਕਦੇ ਹੋ। ਉਹ ਮਸਲਾ ਹੋਰ ਸੀ 22 ਚ ਜਦੋਂ ਫਿਰੋਜ਼ਪੁਰ ਜਾ ਰਹੇ ਸੀ ਬਠਿੰਡੇ ਤੋਂ, ਜਿਸ ਤਰੀਕੇ ਨਾਲ ਕਿਸਾਨਾਂ ਨੇ ਉਦੋਂ ਘੇਰਿਆ, ਪਰ ਉਹੀ ਗੱਲ ਮੈਂ ਕਹਿ ਰਿਹਾ ਕਿ ਉਦੋਂ ਏਕੇ ਦੀ ਗੱਲ ਸੀ। ਹੁਣ ਮੋਦੀ ਸਾਹਿਬ ਜਦੋਂ ਪਟਿਆਲੇ ਜਾਂ ਗੁਰਦਾਸਪੁਰ ਜਲੰਧਰ ਆਉਣਗੇ ਬਹੁਤ ਜ਼ਿਆਦਾ ਸਿਕਿਉਰਿਟੀ ਹੋਵੇਗੀ, 4-ਲੇਅਰ ਸਿਕਿਉਰਿਟੀ ਆ ਉਹਨਾਂ ਦੀ, ਤੇ ਉੱਥੇ ਤੁਹਾਨੂੰ ਨੇੜੇ ਨਹੀਂ ਜਾਣ ਦੇਣਾ। ਖੈਰ ਆਪਾਂ ਗੱਲ ਕਰੀਏ, ਉਹਨਾਂ ਨੇ ਬਹਾਨਾ ਇੱਕ ਫੇਸ ਸੇਵਿੰਗ, ਇਸ ਕਿਸਮ ਦੀ ਫੇਸ ਸੇਵਿੰਗ, ਅਦਰਵਾਈਜ਼ ਬਹੁਤ ਔਖਾ ਹੈ। ਹੀਟ ਵੇਵ ਚੱਲ ਰਹੀ ਹੈ, ਗਰਮੀ ਇੰਨੀ ਹੈ, ਬਾਹਰ ਨਿਕਲਿਆ ਨਹੀਂ ਜਾ ਸਕਦਾ, ਗਰਮੀ ਝੁਲਸਣ ਵਾਲੀ ਗਰਮੀ ਹੈ, ਕਹਿਰ ਹੈ ਗਰਮੀ ਦਾ, ਬੰਦੇ ਤਾਂ ਆਖਰ ਬੰਦੇ ਨੇ, ਭਾਵੇਂ ਉਹ ਕਿਸਾਨ ਨੇ, ਤੇ ਉੱਥੇ ਬੈਠਣਾ ਬੱਟਿਆਂ ਤੇ ਰੇਲਵੇ ਲਾਈਨ ਤੇ ਔਖਾ ਬੜਾ ਸੀ ਔਰ ਉਹਨਾਂ ਨੇ ਵਾਪਸ ਲੈ ਲਿਆ ਔਰ ਕੋਈ ਗੱਲਬਾਤ ਨਹੀਂ ਹੋਈ। ਇਹ ਤਾਂ ਹੈ ਉਹਨਾਂ ਦੇ। ਵੈਸੇ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਇਹਨਾਂ ਨੇ ਪਹਿਲੇ ਹੀ ਸੋਚ ਲੈਂਦੇ, ਕਹਿੰਦੇ ਜੀ ਲੋਕ ਪਰੇਸ਼ਾਨ ਹੁੰਦੇ ਨੇ, ਬਿਜਲੀ ਦੀ ਘਾਟ ਹੋ ਜਾਊਗੀ ਕਿਉਂਕਿ ਕੋਲੇ ਦੀ ਸਪਲਾਈ ਜਿਹੜੀ ਹੈ ਉਹ ਰੁਕ ਜਾਣੀ ਹੈ, ਸੋਨੀ ਦੀਆਂ ਫਸਲਾਂ ਨੇ ਉਹਨਾਂ ਨੇ ਖਾਦ ਆਉਣੀ ਹੈ। ਇਹ ਸਾਰੀਆਂ ਗੱਲਾਂ ਫੇਸ ਸੇਵਿੰਗ ਦੀਆਂ ਨੇ, ਇਹ ਪਹਿਲਾਂ ਵੀ ਪਤਾ ਸੀ। ਖੈਰ ਜਿਹੜੀ 33 ਦਿਨਾਂ ਬਾਅਦ ਕਿਸਾਨ ਉੱਠ ਖੜੇ ਨੇ ਔਰ ਰੇਲਵੇ ਜਿਹੜੀ ਹੈ ਉਹਨੇ ਆਪਣਾ ਕੰਮ ਸ਼ੁਰੂ ਕਰਤਾ, ਇਹ ਗੱਲ ਜ਼ਰੂਰ ਹੈ। ਐਲਾਨ ਕੀਤਾ ਨਾ 15-20 ਮਿੰਟ ਦੇ ਵਿੱਚ ਹੀ ਰੇਲਵੇ ਟਰੈਕ ਕਰਕੇ, ਜੇ ਪਹਿਲਾਂ ਅੜੀਕ ਹੀ ਰਹੋ, ਤਿਆਰ ਹੀ ਬੈਠੇ ਹੁਣ, ਭੱਜ ਗਏ ਲੋਕ ਵੀ, ਚੱਲ ਚੱਲੀਏ ਹੁਣ, ਇਸ ਕਿਸਮ ਦੀ ਗੱਲ ਹੈ। ਵੈਸੇ ਇਹਨਾਂ ਦਿਨਾਂ ਚ 5500 ਟ੍ਰੇਨ ਉਹ ਪ੍ਰਭਾਵਿਤ ਹੋਈਆਂ। ਰੇਲਵੇ ਨੇ ਕਿਹਾ ਕਿ ਸਾਨੂੰ 163 ਕਰੋੜ ਦਾ ਘਾਟਾ ਪਿਆ, ਇਹ ਘਾਟਾ ਰੇਲਵੇ ਦਾ ਹੈ, ਜਿਹੜੇ ਲੋਕਾਂ ਦਾ, ਵਪਾਰੀਆਂ ਦਾ, ਜਿਹੜੇ ਅੱਜ ਕੱਲ੍ਹ ਵਿਰੁੱਧ ਹੋਏ ਨੇ ਕਿਸਾਨਾਂ ਦੇ ਜਾਂ ਕਿਸਾਨਾਂ ਨੇ ਵਿਰੁੱਧ ਕਰ ਲਏ, ਤੇ ਉਹਨਾਂ ਦਾ ਘਾਟਾ ਜਿਹੜਾ ਹੈ ਉਹ ਅਲੱਗ ਹੈ। ਤੇ ਜਿਹੜਾ ਰੋਜ਼ਾਨਾ 3-4 ਹਜ਼ਾਰ ਕਿਲੋਮੀਟਰ ਚੰਡੀਗੜ੍ਹ ਰਾਹੀਂ, 3,000 ਕਿਲੋਮੀਟਰ ਜਾਖੜ ਰਾਹੀਂ ਸਫ਼ਰ, 54 ਟ੍ਰੇਨਾਂ ਹਰ ਰੋਜ਼ ਡਾਇਵਰਟ ਹੁੰਦੀਆਂ ਸੀ, 74 ਟ੍ਰੇਨਾਂ, ਉਹ ਇਸ ਹਾਲਾਤ ਦੇ ਵਿੱਚ ਹੁਣ ਕੀ ਹੋਣਾ। ਆਪਾਂ ਥੋੜ੍ਹੀ ਜਿਹੀ ਨੂੰ ਸ਼ਾਰਟ ਕਰ ਦਈਏ ਖਬਰ ਨੂੰ। ਹੁਣ ਉਹ ਕਹਿੰਦੇ ਨੇ ਜੀ 22 ਮਈ ਨੂੰ ਜਿਹੜਾ ਇਹ ਸਾਡਾ ਅੰਦੋਲਨ 2 ਨਾਂ ਦਿੱਤਾ ਹੈ,
ਇਹਨਾਂ ਜਥੇਬੰਦੀਆਂ ਨੇ ਇਹ 100 ਦਿਨ ਪੂਰੇ ਕਰ ਲੂਗਾ ਤੇ ਅਸੀਂ ਸ਼ੰਭੂ, ਖਨੌਰੀ, ਡੱਬਵਾਲੀ, ਰਤਨਪੁਰਾ ਇੱਥੇ ਅਸੀਂ ਇਕੱਠ ਕਰਾਂਗੇ, ਨਵੀਂ ਰਣਨੀਤੀ ਬਣਾਵਾਂਗੇ। ਇਹ ਉਹ ਕਹਿੰਦੇ ਨੇ ਕਿ ਨਵੀਂ ਰਣਨੀਤੀ ਅਸੀਂ ਇਹ ਦੋਨਾਂ 'ਚ ਇਕੱਠ, ਗਰਮੀ 'ਚ ਇਕੱਠ ਹੋ ਰਿਹਾ, ਉੱਧਰੋਂ ਇਲੈਕਸ਼ਨ ਦਾ ਟਾਈਮ ਹੈ, ਲੋਕ ਸਮਝ ਹੀ ਨਹੀਂ ਰਹੇ। ਜ਼ਿਆਦਾ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਕੋਈ ਬੰਦਾ ਇੰਨਾ ਇਕੱਠ ਹੋਵੇ, ਕੋਈ ਬੰਦਾ ਉੱਧਰ ਨੂੰ ਮੂੰਹ ਹੀ ਨਹੀਂ ਕਰਦਾ ਕਿ ਸਾਨੂੰ ਤੁਸੀਂ ਵੋਟ ਪਾਇਓ। ਯਾਨੀ ਕਿਸਾਨਾਂ 'ਤੇ ਇੱਕ ਕਿਸਮ ਦੀ ਇਹਨਾਂ ਨੂੰ ਬੈਠ ਕੇ ਰਣਨੀਤੀ ਆਪਣੀ ਉਹ ਬਣਾਉਣੀ ਚਾਹੀਦੀ ਹੈ ਕਿ ਏਕੇ 'ਚ ਬਰਕਤ ਹੁੰਦੀ ਹੈ। ਬਾਕੀ ਜਥੇ ਜਦੋਂ ਤੁਹਾਡੇ ਏਮ ਇੱਕ ਹੋਣ ਤਾਂ ਕਿਤੇ ਨਾ ਕਿਤੇ ਇੱਕ ਮਿਨੀਮਮ ਕਾਮਨ ਪੁਆਇੰਟ 'ਤੇ ਇਕੱਠੇ ਹੋ ਜਾਣਾ ਚਾਹੀਦਾ, ਜਿਵੇਂ ਪਹਿਲਾਂ ਇਕੱਠੇ ਹੋਏ ਸੀ। ਨਹੀਂ ਤਾਂ ਫਿਰ ਐਂ ਹੋਏਗਾ ਜਿਵੇਂ ਹੁਣ ਹੋਇਆ ਹੈ। ਇਹ ਹੁਣ ਸਾਰਾ ਕੁਛ ਤੁਹਾਡੇ ਸਾਹਮਣੇ ਹੈ। ਮੋਦੀ ਸਾਹਿਬ ਨੇ ਆਉਣਾ ਹੈ ਦੌਰੇ 'ਤੇ 23 ਨੂੰ ਪਟਿਆਲੇ, ਅਤੇ ਉਹਦੀ ਆਪਾਂ ਗੱਲ ਕਰਦੇ ਹਾਂ। ਮੋਦੀ ਸਾਹਿਬ ਆ ਰਹੇ ਨੇ ਪਟਿਆਲੇ, ਅਤੇ ਉਦੋਂ ਬਾਅਦ 23 ਮਈ ਨੂੰ ਪਟਿਆਲੇ, 24 ਨੂੰ ਗੁਰਦਾਸਪੁਰ ਅਤੇ ਜਲੰਧਰ ਦਾ ਦੌਰਾ। 3 ਜਨਤਕ ਮੀਟਿੰਗਾਂ ਮੋਦੀ ਸਾਹਿਬ ਕਰਨਗੇ। ਪਟਿਆਲੇ ਦੇ ਵਿੱਚ ਪੋਲੋ ਗਰਾਊਂਡ ਹੈ, ਵੱਡਾ ਗਰਾਊਂਡ ਹੈ। ਉੱਥੇ ਪ੍ਰਨੀਤ ਕੌਰ ਦੇ ਹੱਕ ਦੇ ਵਿੱਚ ਮੋਦੀ ਸਾਹਿਬ ਨੇ ਆ ਕੇ ਭਾਸ਼ਣ ਦੇਣਾ ਹੈ। ਪੰਜਾਬ ਪੁਲਿਸ ਬਿਲਕੁਲ ਸਤਰਕ ਹੈ, ਕਿਉਂਕਿ ਉਹਨਾਂ ਨੂੰ ਯਾਦ ਹੈ ਕਿ ਜਿਸ ਤਰੀਕੇ ਨਾਲ 2022 ਦੇ ਵਿੱਚ ਜਦੋਂ ਬਠਿੰਡੇ ਤੋਂ, ਜਨਵਰੀ ਦੇ ਵਿੱਚ ਬਠਿੰਡੇ ਤੋਂ ਫਿਰੋਜ਼ਪੁਰ ਆ ਰਹੇ ਸੀ ਤੇ ਕਿਵੇਂ ਰਸਤੇ 'ਚ ਰੋਕੇ ਗਏ, ਇਹ ਵੱਖਰੀ ਗੱਲ ਹੈ। ਜੇ ਪਹੁੰਚ ਵੀ ਜਾਂਦੇ ਉੱਥੇ ਖਾਲੀ ਕੁਰਸੀਆਂ ਨੂੰ ਭਾਸ਼ਣ ਦੇਣਾ ਪੈਣਾ ਸੀ। ਖੈਰ, ਕਿਸਾਨਾਂ ਨੇ ਉੱਥੇ ਜਿਸ ਤਰੀਕੇ ਨਾਲ ਰੋਕਿਆ ਤੇ ਜਾਂਦੇ ਹੋਏ ਬਠਿੰਡੇ, ਜਿਹੜਾ ਪੰਜਾਬ ਸਰਕਾਰ ਵੱਲੋਂ ਮੰਤਰੀ ਸੀ ਪ੍ਰੋਟੋਕੋਲ ਦੇ ਹਿਸਾਬ ਨਾਲ, ਚਰਨਜੀਤ ਚੰਨੀ ਨੇ ਤਾਂ ਕਿਹਾ ਸੀ ਕਿ ਉਹਨਾਂ ਨੂੰ ਕੋਰੋਨਾ ਹੋ ਗਿਆ, ਮੁੱਖ ਮੰਤਰੀ ਨੇ ਤਾਂ ਉੱਥੇ ਉਹਨਾਂ ਨੇ ਕਿਹਾ ਸੀ ਆਪਣੇ ਮੁੱਖ ਮੰਤਰੀ ਕੋ ਬਤਾ ਦੇਣਾ ਕਿ ਮੈਂ ਜਿੰਦਾ ਵਾਪਸ ਜਾ ਰਹਾ ਹੂੰ, ਤੇ ਉਹ ਫਿਰ ਉਦੋਂ ਬਾਅਦ ਹੁਣ ਆ ਰਹੇ ਨੇ। ਪੂਰੀ ਤਿਆਰੀ ਹੈ, ਤਕਰੀਬਨ 2200 ਕਹਿੰਦੇ ਨੇ ਕਿ ਸੁਰੱਖਿਆ ਕਰਮੀ ਲਾ ਦਿੱਤੇ ਗਏ ਨੇ। 4-layer ਸਿਕਿਉਰਿਟੀ ਬਣਾਈ ਹੈ, ਆਰਟੀਫਿਸ਼ਲ ਇੰਟੈਲੀਜੈਂਸ ਨੂੰ ਵੀ ਪੂਰੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਕੈਮਰੇ ਲੱਗ ਰਹੇ ਨੇ, CCTV ਕੈਮਰੇ ਲੱਗ ਰਹੇ ਨੇ, ਲੋਕਾਂ ਦੇ ਚਿਹਰੇ ਵੀ ਪੜੇ ਜਾਣਗੇ, ਇਸ ਕਿਸਮ ਦੀ ਗੱਲ ਹੋਏਗੀ। ਚੰਡੀਗੜ੍ਹ ਉਤਰਨਗੇ ਹੈਲੀਕਾਪਟਰ ਤੋਂ ਤੇ ਫਿਰ ਪਟਿਆਲਾ ਕਾਰ ਰਾਹੀਂ ਆਉਣਾ ਉਹਨਾਂ ਨੇ, ਤੇ ਸੜਕ ਖਾਲੀ ਹੋਏਗੀ। 23 ਤਰੀਕ ਦੀ ਪੂਰੀ ਤਿਆਰੀ ਹੈ, ਤੇ ਉਹਨਾਂ ਦੀ ਤਿਆਰੀ ਲਈ ਜੈਨੂਅਨ ਬੰਦੇ ਵੀ ਜਾਣ, ਇਹਦੀ ਵੀ ਤਿਆਰੀ ਹੋ ਰਹੀ ਹੈ। ਅੱਜ 11:30 ਇੱਕ ਮੀਟਿੰਗ ਰੱਖੀ ਹੈ, ਹਰਦੀਪ ਪੁਰੀ ਜੀ ਉੱਥੇ ਪਹੁੰਚ ਰਹੇ ਨੇ, ਕਿਸੇ ਘਰ ਦੇ ਵਿੱਚ ਮੀਟਿੰਗ ਹੈ, ਉਹਦੇ ਵਿੱਚ ਹਰਦੀਪ ਪੁਰੀ ਪਹੁੰਚ ਰਹੇ ਨੇ। 200 ਸਿੱਖਾਂ ਨੂੰ ਉੱਥੇ ਬੁਲਾਇਆ ਗਿਆ। ਮੈਂ ਨਹੀਂ ਕਹਿੰਦਾ, ਜਿਹੜੀ ਆਡੀਓ ਟੇਪ ਆਈ ਹੈ ਬਿੱਟੂ ਵਾਲੀ ਬਾਹਰ, ਜਿਹੜਾ ਬੈਂਸ ਨੇ ਦਾਅਵਾ ਕੀਤਾ, ਜਿਹਦੇ 'ਚ ਬਿੱਟੂ ਕਹਿ ਰਿਹਾ ਅੱਜ ਕੱਲ੍ਹ ਤਾਂ ਕੋਈ ਨਕਲੀ ਪੱਗ ਬਣ ਕੇ ਵੀ, ਨਕਲੀ ਸਿੱਖ ਬਣ ਕੇ ਵੀ ਚਲਾਏ ਜਾਵੇ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਾਹਿਬ ਨੂੰ ਗੱਲ ਆ ਲੈਂਦੇ ਨੇ, ਉਸ ਤਰ੍ਹਾਂ ਦੀ ਗੱਲ ਨਹੀਂ। ਹਰਦੀਪ ਪੁਰੀ ਨੇ ਆ ਕੇ ਪੂਰੀ ਤਿਆਰੀ ਕਰਾਉਣੀ ਹੈ, ਕੈਬਨਿਟ ਮੰਤਰੀ ਨੇ, ਇੰਡੀਅਨ ਫੋਰਨ ਸਰਵਿਸ ਦੇ ਨੇ। ਖੈਰ,
ਹੋਰ ਵੀ ਬੜੀ ਚਰਚਾ ਹੋ ਰਹੀ ਹੈ, ਉਹ ਲੋਕਲ ਲੈਵਲ ਤੇ ਵੀ ਹੋ ਰਹੀ ਹੈ ਕਿ ਆਰਐਸਐਸ ਚੁੱਪ ਕਿਉਂ ਹੈ, ਜਾਂ ਆਰਐਸਐਸ ਜੇਪੀ ਨੱਡਾ ਦੇ ਬਿਆਨ ਤੋਂ, ਜਿਹੜੇ ਬਿਆਨ ਚ ਉਹਨਾਂ ਨੇ ਕਿਹਾ ਸੀ ਕਿ ਹੁਣ ਭਾਰਤੀ ਜਨਤਾ ਪਾਰਟੀ ਆਪਣੇ ਆਪ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਹੈ, ਉਹਨੂੰ ਨਹੀਂ ਲੋੜ ਆਰਐਸਐਸ ਦੀ, ਤੋ ਇਹ ਜਿਹੜੀ ਗੱਲ ਕਹੀ ਉਹਨਾਂ ਨੇ ਉਹਦਾ ਅਸਰ ਹੈ, ਕਿਉਂ ਕਹੀ, ਕਹਾਈ ਗਈ, ਜਾਂ ਇਹਦੇ ਪਿੱਛੇ ਕਾਰਨ ਕੀ ਹੈ? ਆਰਐਸਐਸ ਫਿਰ ਹੁਣ ਉਹਨਾਂ ਦੀ ਪਹਿਲਾਂ ਜਿਵੇਂ ਬੂਥ ਲੈਵਲ ਤੇ ਜਿਹੜਾ ਹੈ ਉਹ ਕੰਮ ਪ੍ਰਬੰਧ ਕਰਦੇ ਸੀ, ਹੁਣ ਉਹ ਆਪ ਕਰਨਗੇ, ਇਕੱਠ ਕਰਨ ਚ ਵੀ ਮਦਦ ਹੁੰਦੀ ਸੀ, ਕੀ ਉਹ ਆਪ ਮਦਦ ਕਰਨਗੇ? ਬੜਾ ਕੁਛ ਅੱਜ ਕੱਲ੍ਹ ਚਰਚਾ ਚ ਚੱਲ ਰਿਹਾ ਹੈ, ਦੇਖਦੇ ਹਾਂ ਪਟਿਆਲੇ ਚ ਇਕੱਠ ਭਾਰਤੀ ਜਨਤਾ ਪਾਰਟੀ ਕਿੰਨਾ ਕੁ ਸਹੀ ਜੈਨੂਨ ਇਕੱਠ ਕਿੱਦਾਂ ਕਰ ਲੈਂਦੀ ਹੈ। ਖੈਰ ਗਰਮੀ ਤਾਂ ਹੈ ਹੀ ਬਹੁਤ, ਸਿਆਸਤ ਦੇ ਵਿੱਚ ਵੀ ਗਰਮੀ ਆ ਰਹੀ ਹੈ ਤੇ ਮੌਸਮ ਦੇ ਵਿੱਚ ਵੀ ਗਰਮੀ ਹੈ, ਕਹਿਰ ਦੀ ਗਰਮੀ ਜਿਹਨੂੰ ਕਹਿੰਦੇ ਨੇ। ਆ ਪਾਰਾ ਜਿਹੜਾ 4-5 ਦਿਨ 46 ਡਿਗਰੀ ਇਹ ਤੋਂ ਉੱਪਰ, ਕੱਲ ਵੀ ਪਾਰਾ 46 ਤੇ ਸੀ, ਬਠਿੰਡਾ 46 ਤੋਂ ਉੱਪਰ ਸੀ। ਵੈਸੇ ਜਿਹੜੇ ਲੱਗੇ ਹੋਏ ਨੇ ਲੀਡਰ, ਹੁਣ ਤਾਂ ਇਹੀ ਕਹੀਏ ਧੰਨ ਹੈ ਕਿ ਉਹ ਪਾਵਰ ਲਈ ਬੰਦਾ ਕੀ ਕੁਛ ਕਰ ਸਕਦਾ ਹੈ, ਤੇ ਪਾਵਰ ਦੇ ਨਾਲ ਹੋਰ ਬੜਾ ਕੁਛ ਆ ਜਾਂਦਾ ਹੈ। ਇਹ ਕੱਲੀ ਦੀ, ਇਹ ਕਈ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ। ਮੈਂ ਬਹੁਤ ਵਾਰ, ਮੈਂ ਆਪਣੀ ਕਿਤਾਬ ਚ ਵੀ ਇਹ ਜ਼ਿਕਰ ਕੀਤਾ ਸੀ ਕਿ 3 ਚੀਜ਼ਾਂ ਚਾਹੁੰਦਾ ਬੰਦਾ, ਦੌਲਤ, ਸ਼ੌਹਰਤ ਤੇ ਸੱਤਾ। ਇਹ 3 ਸਕੀਆਂ ਭੈਣਾਂ ਨੇ, ਇੱਕ ਆ ਗਈ ਤੇ 2 ਨਾਲ ਦੀ ਨਾਲ ਆ ਜਾਂਦੇ ਨੇ। ਕੋਈ ਕਾਜੇ ਸ਼ੌਹਰਤ ਆ ਜਾਏ ਤਾਂ ਵੀ, ਪੈਸਾ ਆ ਜਾਏ ਤਾਂ ਵੀ, ਤੇ ਜੇ ਸੱਤਾ ਆ ਗਈ ਫਿਰ ਦੋਨੇ, ਉਹਨਾਂ ਨੇ ਤਾਂ ਆਉਣਾ ਹੀ ਆਉਣਾ ਹੈ। ਤੇ ਉਹ ਸਾਰੀ ਗੱਲ ਹੁਣ ਤੁਸੀਂ ਦੇਖ ਲਓ, ਅੰਬਾਨੀ ਕਿਹੜਾ ਵੋਟਾਂ ਮੰਗਦਾ ਫਿਰਦਾ ਹੈ, ਕਿੰਨਾ ਪਾਵਰਫੁਲ ਹੈ, ਅਡਾਨੀ ਪਾਵਰਫੁਲ ਹੈ, ਪੈਸੇ ਨੇ ਪਾਵਰਫੁਲ, ਸਾਰੇ ਲੋਕ ਜਾਣਦੇ ਨੇ। ਯਾਨੀ ਜਦੋਂ ਇੰਨੀਆਂ ਜ਼ਿਆਦਾ ਵੱਡੀਆਂ ਦੇਸ਼ ਦੇ ਸਾਹਮਣੇ ਸਮੱਸਿਆਵਾਂ ਹੋਣ, ਉਹਦੇ ਮੁੰਡੇ ਦਾ ਵਿਆਹ ਵੀ ਨਹੀਂ ਹੈ, ਮੰਗਣਾ ਵੀ ਨਹੀਂ, ਸਿਰਫ ਰਿੰਗ ਸੈਰਾਮਨੀ ਤੇ ਨਾਲ ਜਿਹੜਾ ਹੈ ਦਿਖਾਇਆ ਗਿਆ, ਕਿੰਨੇ ਦਿਨ ਦਿਖਾਉਂਦੇ ਰਹੇ। ਇਹ ਸ਼ੌਹਰਤ, ਦੌਲਤ ਤੇ ਸੱਤਾ ਦੀ ਕਮਾਲ ਹੈ, ਇਸੇ ਕਰਕੇ ਗਰਮੀ ਗੁਰਮੀ ਨਹੀਂ ਲੱਗਦੀ, ਆਮ ਲੋਕਾਂ ਨੂੰ ਲੱਗਦੀ ਹੈ। ਤੇ ਖੈਰ ਗਰਮੀ ਬਹੁਤ ਹੈ, ਸਭਰਾਲੇ 45.8, ਆਲਮੋਸਟ 46 ਸੀ, ਪਠਾਨਕੋਟ ਵੀ ਇੰਨਾ ਕੀ ਸੀ 46, ਔਰ ਅੰਮ੍ਰਿਤਸਰ ਥੋੜਾ ਇੱਕ ਘੱਟ ਸੀ, 45 ਸੀ। ਸੋ ਇੰਨਾ ਜ਼ਿਆਦਾ, ਤੇ ਇਸੇ ਕਰਕੇ ਸ਼ਾਇਦ ਜਿਹੜਾ ਹੈ ਇਸ ਭਿਆਨਕ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਲੈ ਲਿਆ, ਕਹਿੰਦੇ ਜੀ ਆਪਾਂ ਸਕੂਲ ਜਿਹੜੇ ਨੇ ਉਹਨਾਂ ਛੁੱਟੀਆਂ ਕਰਤੀਆਂ ਉਹਨਾਂ ਨੇ, ਹੁਣ ਜਿਹੜੀ 30 ਜੂਨ ਤੱਕ ਹੁਣ ਛੁੱਟੀਆਂ ਨੇ, ਇਸ ਤਰ੍ਹਾਂ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ। ਵੈਸੇ ਜਿਵੇਂ ਮੋਦੀ ਸਾਹਿਬ ਨੇ ਅਚਾਨਕ ਨੋਟਬੰਦੀ ਦਾ ਐਲਾਨ ਕੀਤਾ ਸੀ, ਮਾਨ ਸਾਹਿਬ ਦਾ ਵੀ ਪਤਾ ਨਹੀਂ ਲੱਗਦਾ ਵੀ ਕਦੋਂ ਕੀ ਐਲਾਨ ਉਹਨਾਂ ਦੀ ਸਰਕਾਰ ਕਰਦੇ। ਕੱਲ ਐਲਾਨ ਕੀਤਾ ਸੀ ਕਿ ਸਕੂਲਾਂ ਦਾ ਟਾਈਮ ਬਦਲਤਾ, ਆਪਾਂ 7 ਤੋਂ 12 ਕਰਤਾ, ਗਰਮੀ ਬਹੁਤ ਹੈ, ਉਹ ਵੀ ਕਰ ਦਿੰਦੇ, 1 ਦਿਨ ਬਾਅਦ ਕਹਿੰਦੇ ਛੁੱਟੀ ਕਰ ਦਿੰਦੇ ਆ। ਪਤਾ ਨਹੀਂ ਕਿਸ ਕਿਸਮ ਦੇ ਫਰਮਾਨ ਜਿਹੜੇ ਜਾਰੀ ਹੁੰਦੇ ਨੇ। ਉਹ ਜਿਹੜਾ ਰਾਸਾ ਦਾ ਪ੍ਰਧਾਨ ਹੈ ਸਕੱਤਰ ਸਿੰਘ ਸੰਧੂ, ਉਹ ਕਹਿੰਦਾ ਇਹ ਤਾਂ ਨਾਦਰਸ਼ਾਹੀ ਫਰਮਾਨ ਹੈ, ਸਾਡੇ ਲਈ ਸਕੂਲ ਚ ਸੰਚਾਲਕਾਂ ਲਈ ਬੜਾ ਵੱਡਾ ਇਹ ਪ੍ਰੋਬਲਮ ਖੜੀ ਕਰ ਦਿੰਦੇ ਨੇ। ਜੋ ਵੀ ਹੋਵੇ, ਗਰਮੀ ਬਹੁਤ ਹੈ, ਬੱਚਿਆਂ ਨੂੰ ਠੀਕ ਹੈ ਛੁੱਟੀਆਂ ਕਰਨ, ਬੱਚੇ ਖੁਸ਼ ਰਹਿੰਦੇ ਨੇ, ਛੁੱਟੀਆਂ ਚ ਵੈਸੇ ਵੀ ਗਰਮੀ ਬਹੁਤ ਹੈ। ਵੈਸੇ ਤੁਹਾਨੂੰ ਮੈਂ ਦੱਸਾਂ, ਇਹਨਾਂ ਦਿਨਾਂ ਚ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ, ਡਾਕਟਰ ਸਲਾਹ ਦਿੰਦੇ ਨੇ। ਮੈਂ ਤਾਂ PhD ਡਾਕਟਰ ਹਾਂ, ਮੈਂ ਦੂਜਾ ਡਾਕਟਰ ਨਹੀਂ, ਕਿਤੇ ਮੈਨੂੰ
ਕਈ ਵਾਰੀ ਤੁਹਾਡਾ ਫੋਨ ਆ ਜਾਂਦਾ ਜੀ ਮੈਨੂੰ ਆਹ ਦਵਾਈ ਦਿਓ, ਮੈਂ ਫਿਰ ਉਹਨੂੰ ਸਮਝਾਉਣਾ। ਇੱਕ ਤਾਂ ਕਹਿੰਦਾ ਅੱਛਾ ਤੁਸੀਂ ਕਾਗਜ਼ੀ ਡਾਕਟਰ ਹੋ, ਬਿਲਕੁਲ ਜੀ ਜਿਹੜੇ PhD ਡਾਕਟਰ ਤੇ ਦੋਨੇ ਡਾਕਟਰ ਲਿਖ ਦਿੰਦੇ ਨੇ, ਪਾਣੀ ਜ਼ਿਆਦਾ ਪੀਓ ਜੀ, ਜਿਹੜੀ ਉਹ ਕੰਮ ਕਰੋ, ਸਰੀਰ ਨੂੰ ਹਾਈਡਰੇਟ ਰੱਖੋ, ਮਤਲਬ ਇਹ ਡਾਕਟਰ ਨੇ ਸਲਾਹ ਦਿੱਤੀ। ਕੱਪੜੇ ਸੂਤੀ ਪਾਓ, ਢਿੱਲੇ ਪਾਓ, ਫੈਸ਼ਨ ਤੋਂ ਕੁਛ ਦਿਨ ਲਈ ਆਰਾਮ ਕਰ ਲਓ। ਠੰਡੇ ਪਾਣੀ ਨਾਲ ਕਿੱਥੇ ਠੰਡਾ ਪਾਣੀ ਮਿਲਦਾ ਹੈ, ਸ਼ਹਿਰਾਂ 'ਚ ਤਾਂ ਬਿਲਕੁਲ ਹੀ ਨਹੀਂ, ਜਿਹੜੇ ਵਾਟਰ ਵਰਕਸ ਦੀਆਂ ਪਾਈਪਾਂ 'ਚ ਪਾਣੀ ਗਰਮ ਹੋ ਜਾਂਦਾ ਹੈ। ਕਹਿੰਦੇ ਨੇ ਵੀ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ, ਸਵੇਰੇ ਸਵੇਰੇ ਕਰ ਲਓ, ਠੰਡੀਆਂ ਥਾਵਾਂ ਤੇ ਬੈਠਣਾ ਹੈ ਤਾਂ ਸਭ ਨੂੰ ਪਤਾ ਹੈ, ਤਾਜ਼ਾ ਖਾਣਾ ਤੇ ਘੱਟ ਖਾਣਾ, ਇਹ ਕਿਹਾ ਡਾਕਟਰਾਂ ਨੇ। ਦੁਪਹਿਰੇ ਬਾਹਰ ਨਾ ਨਿਕਲੋ, ਭਾਈ ਫਿਰ ਵੋਟਾਂ ਕਦੋਂ ਮਿਲ ਗਿਆ, ਦੁਪਹਿਰੇ ਜੇ ਬਾਹਰ ਨਾ ਨਿਕਲੇ, ਵੋਟਾਂ ਲਈ ਤਾਂ ਜਾਣਾ ਹੀ ਪੈਣਾ ਹੈ। ਆਖਰ ਇਸ ਤਰ੍ਹਾਂ ਦੀ ਗਰਮੀ ਦੇ ਵਿੱਚ ਇਹ ਇਲੈਕਸ਼ਨ ਚੱਲ ਰਹੀ ਹੈ। ਖੈਰ ਹੁਣ ਆਪਾਂ ਅਗਲੀ ਖਬਰ, ਅਗਲੀ ਖਬਰ ਸੁਰਜੀਤ ਪਾਤਰ ਬਾਰੇ। ਪਾਤਰ ਦਾ ਕੱਲ ਜਿਹੜੀ ਅੰਤਿਮ ਅਰਦਾਸ ਸੀ ਭੋਗ ਪਿਆ, ਜਿਹੜੀ ਆਮ ਆਪਣੇ ਬੋਡੀ ਚ ਗੱਲ ਕਰਦੇ ਆ। ਦੇਖੋ ਪਾਤਰ ਸਾਹਿਬ ਦਾ ਇੱਕ ਭੋਗ ਤੇ ਇੱਕ ਗੱਲ ਤਾਂ ਬੜੀ ਸਪਸ਼ਟ ਹੋ ਕਿ ਜੇ ਬੰਦਾ ਜੈਨੂਨ ਹੈ, ਵਧੀਆ ਲਿਖਣ ਵਾਲਾ ਹੈ, ਵਧੀਆ ਕਲਾਕਾਰ ਹੈ, ਤਾਂ ਕੋਈ ਲੋੜ ਨਹੀਂ ਪੋਲਿਟਿਕਸ ਜਾ ਕੇ ਕੋਈ ਡਰਾਮੇਬਾਜ਼ੀਆਂ ਕਰਨ ਦੀ। ਤੇ ਫਿਰ ਲੋਕ ਵੀ ਆਉਂਦੇ ਨੇ ਔਰ ਲੀਡਰ ਵੀ ਆਉਂਦੇ ਨੇ। ਭਗਵੰਤ ਮਾਨ ਪਹੁੰਚੇ, ਆ ਭਾਸ਼ਣ ਦੇ ਰਹੇ ਨੇ ਇੱਥੇ ਖੜੇ। ਪਿਛਲੀਆਂ ਗੱਲਾਂ ਉਹਨਾਂ ਨੇ ਯਾਦ ਕੀਤੀਆਂ ਕਿ ਮੈਂ ਵੀ ਲੁਧਿਆਣੇ ਜਦੋਂ ਰਿਹਾ 90-92 ਚ, ਉਦੋਂ ਉਹਨਾਂ ਦਾ ਗੁਆਂਢੀ ਹੁੰਦਾ ਸੀ ਔਰ ਮੈਂ ਕੋਈ ਭਾਸ਼ਣ ਉਹਨਾਂ ਦੇ ਕੋਟ ਤੋਂ ਬਿਨਾਂ ਨਹੀਂ ਗੱਲ ਕਰਦਾ। ਇਹ ਚ ਗੱਲ ਠੀਕ ਹੈ। ਅਕਸਰ ਸੁਰਜੀਤ ਪਾਤਰ ਦੇ ਸ਼ੇਰ ਸੁਣਾਉਂਦੇ ਨੇ ਭਗਵੰਤ ਮਾਨ ਸਾਹਿਬ। ਫਿਰ ਉੱਥੇ ਕੁਲਤਾਰ ਸਿੰਘ ਸਦਵਾ ਸੀ ਸਪੀਕਰ ਸਾਹਿਬ, ਦੋ ਹੀ ਬੰਦੇ ਤਾਂ ਪੋਲੀਟੀਕਲ ਤਾਂ ਦੋ ਹੀ ਬੋਲੇ। ਫਿਰ ਸਾਹਿਤਕਾਰਾਂ ਵੱਲੋਂ ਇੱਕ ਬੰਦਾ ਬੋਲਿਆ, ਉਹ ਡਾਕਟਰ ਵੀਰ ਸਿੰਘ ਸੀ, ਦਿੱਲੀ ਵਾਲੇ, ਦਿੱਲੀ ਅਕੈਡਮੀ ਵਾਲੇ ਕਹਿ ਦਿਓ, ਸਾਹਿਤ ਅਕੈਡਮੀ ਦੇ ਜਿਹੜੇ ਸਾਡੇ ਪ੍ਰਤੀਨਿਧਤਾ ਕਰਦੇ ਨੇ ਉਹ ਸੀ ਤੇ ਬੋਲਣਾ ਚ। ਫਿਰ ਅਸ਼ਵਨੀ ਚੇਟਲੀ ਸੀ, ਬਸ ਇਹ ਬੰਦੇ ਬੋਲਦੇ ਸੀ, ਕੋਈ ਜ਼ਿਆਦਾ ਉਹਨਾਂ ਨੇ ਪਰਿਵਾਰ ਨੇ ਨਹੀਂ। ਹਾਂ ਪਰਿਵਾਰ ਵੱਲੋਂ ਕੀਰਤਨ ਜ਼ਰੂਰ ਉਹਨਾਂ ਦੇ ਭਰਾ ਉਪਕਾਰ ਸਿੰਘ ਨੇ, ਉਹਨਾਂ ਦੇ ਪੁੱਤਰ ਸੁਰਜੀਤ ਪਾਤਰ ਦਾ ਪੁੱਤਰ ਮਨਰਾਜ, ਉਹਨਾਂ ਨੇ ਕੀਰਤਨ ਕੀਤਾ ਔਰ ਪਹੁੰਚਣ ਵਾਲਿਆਂ ਦੀ ਬਹੁਤ ਲੰਬੀ ਲਿਸਟ ਹੈ, ਕੁਛ ਨੂੰ ਤੁਸੀਂ ਪਛਾਣ ਹੀ ਰਹੇ ਹੋ। ਇਹ ਬਲਵੀਰ ਸਿੰਘ ਸੀਚੇਵਾਲ ਉੱਥੇ ਸੀ, ਰਾਜਾ ਬਰਿੰਗ ਤੁਸੀਂ ਦੇਖ ਲਓ। ਮਤਲਬ ਜੇ ਮੈਂ ਕਹਾਂ ਕਿ ਪੋਲੀਟੀਕਲ ਬੰਦੇ, ਜੇ ਮੈਂ ਸਮਾਜਿਕ ਸ਼ਖਸੀਅਤ ਹਾਂ, ਸਾਹਿਤਕਰਤਾ ਸੀ, ਤਾਂ ਇਹ ਇੱਕ ਜਿਹੜਾ ਹੈ ਇੱਕ ਜਾਂਦੇ ਹੋਏ ਲੇਖਕ ਦੀ ਅੰਤਿਮ ਅਰਦਾਸ ਦੇ ਵਿੱਚ ਲੋਕਾਂ ਦੀ ਸ਼ਰਧਾ ਤੇ ਸਤਿਕਾਰ ਉੱਥੇ ਨਜ਼ਰ ਆਇਆ। ਇਹ ਆਪਾਂ ਕਹਿ ਕੇ ਗੱਲ ਖਤਮ ਕਰ ਸਕਦੇ ਹਾਂ। ਅੱਗੇ ਬੋਲੀ, ਅੱਗੇ ਜਿਹੜੀ ਗੱਲ ਹੈ ਦਿੱਲੀ ਦੀ, ਕੇਜਰੀਵਾਲ ਦੀ। ਅੱਜ ਕੱਲ੍ਹ ਕੇਜਰੀਵਾਲ ਸਾਹਿਬ, ਆਮ ਆਦਮੀ ਪਾਰਟੀ, ਇਹਦੇ ਬਿਨਾਂ ਖਬਰਾਂ ਨਹੀਂ ਕੰਪਲੀਟ ਹੁੰਦੀਆਂ। ਇੱਕ ਵੈਸੇ ਵੀ ਕਿਉਂਕਿ ਰਾਜ ਪੰਜਾਬ 'ਚ ਵੀ ਤਾਂ ਉਹਨਾਂ ਦਾ, ਇਸ ਕਰਕੇ ਸਾਨੂੰ ਗੱਲ ਕਰਨੀ ਪੈਂਦੀ ਹੈ। ਪਹਿਲੀ ਤਾਂ ਖਬਰ ਛੋਟੀ ਜਿਹੀ ਲੈ ਲਈਏ ਕਿ ਜਿਹੜਾ ਇਹਨਾਂ ਦਾ ਵਿਭਵ ਕੁਮਾਰ ਹੈ, PA ਹੈ, ਜਿਹਦਾ ਬਹੁਤ ਦੁੱਖ ਹੋਇਆ ਕੇਜਰੀਵਾਲ ਸਾਹਿਬ ਨੂੰ, ਉਹਨਾਂ ਸਵਾਤੀ ਵਾਲੀਵਾਲ ਦਾ ਨਹੀਂ ਵੀ, ਉਹ ਵੀ ਤਾਂ ਉਹਨਾਂ ਦੀ ਵੀ ਸੀ, ਲੇਕਿਨ ਉਹ ਜਿਹੜਾ ਹੈ ਉਹਨੂੰ ਕੱਲ੍ਹ ਦੁਬਾਰਾ ਲੈ ਕੇ ਗਏ ਜਿੱਥੇ 5 ਦਿਨ ਦੇ ਰਿਮਾਂਡ ਤੇ ਹੈ, ਕੇਜਰੀਵਾਲ ਦੀ ਰਿਹਾਇਸ਼ ਤੇ, ਜਿਹਨੂੰ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਮਹਿਲ ਬਣਾ ਲਿਆ 45 ਕਰੋੜ ਦਾ, ਅੱਜ ਕੱਲ੍ਹ ਆਮ ਲਾਈ ਬੈਠੇ ਨੇ। ਖੈਰ ਉਹ ਉੱਥੇ ਲੈ ਕੇ ਗਏ। ਹਾਂ ਬਸ ਇੰਨਾ ਕੀ ਫਰਕ ਹੈ ਕਿ ਕੇਜਰੀਵਾਲ, ਭਗਵੰਤ ਮਾਨ ਜਾਂ ਹੋ, ਇਹ ਪਹਿਲਾਂ ਜੋ ਕੁਛ ਕਹਿੰਦੇ ਸੀ ਉਹ ਨਹੀਂ ਕੀਤਾ, ਅਦਰਵਾਈਜ਼ ਪੋਲੀਟੀਕਲ ਲੋਕ ਇਹੋ ਜਿਹਾ ਕੁਛ ਕਰਦੇ।
ਪਹਿਲਾਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਸਿਕਿਉਰਿਟੀ ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਆਮ ਘਰਾਂ ਦੇ ਬੰਦੇ ਆਮ ਘਰਾਂ ਚ ਰਹਾਂਗੇ। ਬਸ ਜਦੋਂ ਇਹਨਾਂ ਨੇ ਦੂਜਾ ਚਰਨ ਲੈ ਲਈਗਾ ਤਾਂ ਲੋਕਾਂ ਨੂੰ ਇਤਰਾਜ਼, ਅਦਰਵਾਈਜ਼ ਤਾਂ ਠੀਕ ਹੈ। ਇੱਕ ਮੁੱਖ ਮੰਤਰੀ ਦਾ ਘਰ ਵੱਡਾ ਹੋਣਾ ਚਾਹੀਦਾ, ਉੱਥੇ ਮੀਟਿੰਗਾਂ ਵੀ ਹੋਣੀਆਂ ਨੇ, ਬੜਾ ਕੁਛ ਹੋਣਾ। ਖੈਰ ਆਪਾਂ ਗੱਲ ਕਰ ਰਹੇ ਸੀ ਕੇਜਰੀਵਾਲ ਦੇ ਘਰ ਦੀ, ਉੱਥੇ ਸੀਨ ਕ੍ਰੀਏਟ ਕਰਨਾ ਹੁੰਦਾ ਹੈ। ਉਹ ਸੀਨ ਕ੍ਰੀਏਟ ਕੀਤਾ ਵੀ ਕਿੱਥੇ ਬੈਠੀ ਸੀ ਸਵਾਤੀ ਬਾਰੀਵਾਲ, ਬਿਬਲ ਨੂੰ ਪੁੱਛਿਆ ਗਿਆ ਔਰ ਉੱਥੇ ਸਾਰੀ ਗੱਲ ਕੀਤੀ। ਇਹ ਤਾਂ ਹੈ ਕਵਰ 13 ਮਈ ਦੀ ਘਟਨਾ, ਥੋੜੀ ਯਾਦ ਆ, ਵਾਰ ਵਾਰ ਕਰਾਉਣ ਦੀ ਲੋੜ। ਦੂਜੀ ਖਬਰ ਇਸ ਕਰਕੇ ਇੰਪੋਰਟੈਂਟ ਹੈ ਕਿ ਇੱਕ ਨਵੀਂ ਮੁਸੀਬਤ ਹੋਰ ਪੈ ਰਹੀ ਹੈ ਆਮ ਆਦਮੀ ਪਾਰਟੀ। ਪਹਿਲੀ ਤਾਂ ਮੁਸੀਬਤ ਹਾਲੇ ਆਮ ਆਦਮੀ ਪਾਰਟੀ ਤੋਂ ਉਦੋਂ ਪੈ ਗਈ ਜਦੋਂ ਪਾਰਟੀ ਨੂੰ ਪਾਰਟੀ ਬਣਾ ਲਿਆ, ਨਾਮਜ਼ਦ ਕਰ ਲਿਆ, ਤੇ ਉਹਨਾਂ ਨੂੰ ਡਰ ਹੈ ਕਿ ਹੁਣ ਪਾਰਟੀ ਦੀ ਜਿਹੜੀ ਹੈ ਮਨਜ਼ੂਰੀ ਖਤਮ ਹੋ ਜਾਊਗੀ। ਜੇ ਪਾਰਟੀ ਰਾਸ਼ਟਰੀ ਪਾਰਟੀ ਦੇ ਤੌਰ ਤੇ ਨਹੀਂ ਰਹੀ, ਪਾਰਟੀ ਟੁੱਟ ਸਕਦੀ ਹੈ, ਇੱਕ ਤਾਂ ਉਹ ਡਰ ਹੈ। ਹੁਣ ਉਹਨਾਂ ਨੇ ਕੀ ਕੀਤਾ, ਇੱਕ ਰਿਪੋਰਟ ED ਨੇ ਦਿੱਤੀ ਆ ਹੋਮ ਮਿਨਿਸਟਰੀ ਨੂੰ, ਕਹਿੰਦੇ ਜੀ ਇਹਨਾਂ ਨੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਅਰਬ ਦੇਸ਼ਾਂ ਤੋਂ ਪੈਸਾ ਲਿਆ, 7 ਕਰੋੜ 8 ਲੱਖ ਰੁਪਇਆ ਲਿਆ, ਲੇਕਿਨ ਇਹ ਗੈਰ ਕਾਨੂੰਨੀ ਹੈ। ਇਹ ਕਿਹਾ ਗਿਆ ਕਿਵੇਂ ਗੈਰ ਕਾਨੂੰਨੀ ਹੈ, ਉਹ ਕਹਿੰਦੇ ਵੀ ਇਹਦੇ ਕਈ ਜਿਹੜਾ ਹੈ ਇਹਨਾਂ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ, IPC ਦੀ ਉਲੰਘਣਾ ਕੀਤੀ ਹੈ। ਖਾਸ ਤੌਰ ਤੇ ਜਿਹੜੀ ਉਲੰਘਣਾ ਕੀਤੀ ਹੈ ਉਹ FCRA ਦੀ ਕੀਤੀ ਹੈ, ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ, ਉਹਦੀ ਧਾਰਾ 3 ਦੀ ਕੀਤੀ ਹੈ। ਬਿਲਕੁਲ ਇਸੇ ਤਰ੍ਹਾਂ RPA ਜਿਹੜਾ ਹੈ ਉਹਦੀ ਧਾਰਾ 29 ਦੀ ਕੀਤੀ ਹੈ। ਇਹ ਇਹਨਾਂ ਨੇ ਜਿਹੜਾ ਹੈ ਹੋਮ ਮਿਨਿਸਟਰੀ ਨੂੰ ਲਿਖਿਆ। ਇਹਦੇ ਵਿੱਚ ਜਦੋਂ ਤੁਸੀਂ ਕੋਈ ਫੈਕਟ ਨੂੰ ਲੁਕਾਉਂਦੇ ਹੋ, ਉਦੋਂ ਜਦੋਂ ਤੁਸੀਂ ਕੋਈ ਵੀ ਪੈਸਾ ਬਾਹਰੋਂ ਲੈਂਦੇ ਹੋ ਨਾ, ਉਹਦਾ FCRA ਦੇ ਐਕਟ ਦੇ ਮੁਤਾਬਕ ਹੀ ਹੋਣਾ ਚਾਹੀਦਾ। ਕੋਈ ਵੀ ਪਾਰਟੀ, ਪੋਲੀਟੀਕਲ ਪਾਰਟੀ ਕਿਸੇ ਵੀ ਇਸ ਕੰਮ ਲਈ ਸਿੱਧਾ ਚੰਦਾ ਨਹੀਂ ਲੈ ਸਕਦੀ। ਇਹ ਉੱਥੇ ਕਿਹਾ, ਇਹਨਾਂ ਨੇ ਤਾਂ ਆਸਟ੍ਰੇਲੀਆ ਤੋਂ ਵੀ, ਨਿਊਜ਼ੀਲੈਂਡ, ਕੈਨੇਡਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕੁਵੈਤ, ਓਮਾਨ ਸਭ ਤੋਂ ਪੈਸਾ ਲੈ ਲਿਆ। ਤੋ ਇਹ ਹੈ ਹੁਣ ਉੱਥੇ ਵੀ ਅੱਗੇ ਵੀ ਕੀ ਕੀਤਾ ਇਹਨਾਂ ਨੇ, ਇਹਨਾਂ ਨੇ ਦੱਸਿਆ ਨੀ, ਜਿਵੇਂ ਪਤਾ ਨੀ ਕਿਵੇਂ ਗਲਤੀ ਕਰ ਲਈ। ਆਖਰ ਜਿਹੜਾ ਰਾਘਵ ਚੱਡਾ ਇਹਨਾਂ ਦਾ ਇੰਗਲੈਂਡ ਤੋਂ CA ਕੀਤੀ ਹੈ, ਉਹਨੇ ਇੱਕੋ ਹੀ ਪਾਸਪੋਰਟ ਨੰਬਰ, ਇੱਕੋ ਹੀ ਈਮੇਲ, ਇੱਕ ਹੀ ਮੋਬਾਈਲ ਨੰਬਰ, ਇੱਕ ਹੀ ਕ੍ਰੈਡਿਟ ਕਾਰਡ, ਇਹ ਕੀ ਹੋ ਗਿਆ? ਜਿਹੜੇ ਸਬੂਤ ਤਾਂ ਦੇ ਤੇ, ਤੇ ਸਬੂਤ ਤਾਂ ਉਹ ਉਪਰਾਜਪਾਲ ਨੇ ਵੀ ਪਹਿਲਾਂ ਲਿਖਿਆ ਹੋਇਆ, ਇਹਨਾਂ ਦੇ LG ਨੇ ਜਿਹਨਾਂ ਨਾਲ ਬਣਦੀ ਨੇ, ਦੇ ਉਹਨੇ ਲਿਖਿਆ ਕਿ ਜੋ ਕਿਹਾ ਗੁਰਪਤਵੰਤ ਪੰਨੂ ਨੇ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਛੁਡਾਉਣ ਲਈ ਇਹਨਾਂ ਨੂੰ $16 ਜਿਹੜਾ ਦਿੱਤਾ, $16 ਲੱਖ, ਜਿਹੜੇ 133 ਕਰੋੜ ਦਿੱਤਾ ਸੀ। ਤੋ ਹੁਣ ਇਹ ਸਾਰੇ ਤੇ ਇੱਥੇ ਇੱਕ ਕਾਨੂੰਨ ਇਹ ਕਹਿੰਦਾ ਹੈ ਜਦੋਂ ਇਹ ਹੋਵੇ ਕੇਸ FCRA ਦਾ ਤਾਂ ਉਹ CBI ਜਾਂਚ ਕਰਦੀ ਹੈ। ਲੱਗਦਾ ਹੈ ਕਿ ਇਹਨਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ, ਇਹ ਕੇਸ ਵੀ CBI ਕੋਲ ਜਾ ਰਿਹਾ। ਪਹਿਲੇ ਦੋਸਤੋ ਅਗਲੇ ਹਿੱਸੇ 'ਚ ਆਪਾਂ ਕੁਛ ਖਬਰਾਂ ਲੈਣੀਆਂ ਨੇ, ਉਹਨਾਂ ਦੀ ਥੋੜ੍ਹੀ ਬਰੀਫ ਤੁਹਾਨੂੰ ਮੈਂ ਦੱਸ ਦਿੰਦਾ। ਇੱਕ ਇੰਟਰਨੈਸ਼ਨਲ ਖਬਰ ਹੈ ਜਿਹਦਾ ਭਾਰਤ 'ਤੇ ਵੀ ਅਸਰ ਪੈ ਸਕਦਾ ਹੈ। ਉਹ ਖਬਰ ਕੱਲ੍ਹ ਤੁਹਾਨੂੰ ਦੱਸੀ ਸੀ ਵੀ ਇੱਕ ਹੈਲੀਕਾਪਟਰ ਹਾਦਸਾ ਹੋ ਗਿਆ ਉਹਦਾ, ਜਿਹਦੇ ਵਿੱਚ ਇਰਾਨ ਦਾ ਰਾਸ਼ਟਰਪਤੀ ਇਬਰਾਹਿਮ ਰਾਇਸੀ ਸੀ, ਅਤੇ ਹੁਣ ਉਹ ਸਾਰਾ ਪਤਾ ਲੱਗ ਗਿਆ, 9 ਬੰਦਿਆਂ ਦੀ ਮੌਤ ਹੋਈ ਹੈ, ਰਾਇਸੀ ਦੀ ਵੀ ਮੌਤ ਹੋਈ ਹੈ। 63 ਸਾਲ ਦਾ ਇਬਰਾਹਿਮ ਰਾਇਸੀ ਸੀ, ਅਜ਼ਰਬੈਜਾਨ ਤੋਂ ਵਾਪਸ ਆ ਰਹੇ ਸੀ, ਸ਼ਾਮ ਦੇ 7 ਵਜੇ ਸੀ,
ਪਹਾੜੀ ਇਲਾਕਾ ਸੀ, ਮੀਂਹ ਪੈ ਰਿਹਾ ਸੀ, ਧੁੰਦ ਸੀ, ਉੱਥੇ ਉਹ ਹਾਦਸਾ ਗ੍ਰਸਤ ਹੋ ਗਿਆ। ਹੁਣ ਇਹ ਜਿਹੜਾ ਹੈ ਨਾ, ਉਹਦੇ ਨਾਲ ਬਹੁਤ ਬੰਦੇ ਸੀ, ਵਿਦੇਸ਼ ਮੰਤਰੀ ਵੀ ਸੀ, ਹਸੈਨ ਅਮੀਰ ਅਬਦੁੱਲਾ ਵੀ ਸੀ, 60 ਸਾਲ ਦੀ ਉਹਦੀ ਉਮਰ ਹੈ, ਤੇ ਹਾਲੇ ਹੋਰ ਤਾਂ ਹੋਰ ਜਿਹੜੇ ਬਚਾਉਣ ਗਏ ਸੀ ਉਹਨਾਂ ਉਹ ਵੀ ਲਾਪਤਾ ਨੇ ਹਲੇ। ਇਸ ਤਰ੍ਹਾਂ ਦੀ ਗੱਲ ਨੀ, ਉੱਥੇ ਹਾਲਾਤ ਕੋਈ ਜ਼ਿਆਦਾ ਠੀਕ ਨਹੀਂ ਹੈ, ਪਰ ਇਹ ਬੜੀ ਚਰਚਾ ਸੀ। ਆ ਪਿੱਛੇ ਜੇ ਨੇ ਹਮਲਾ ਡਰੋਨ ਨਾਲ ਕੀਤਾ ਸੀ ਇਜ਼ਰਾਈਲ ਤੇ, ਔਰ ਇਹ ਬਹੁਤ ਚਰਚਾ ਚ ਰਿਹਾ। ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਕਿ ਉਹ ਖੁਸ਼ੀ ਮਨਾਈ ਗਈ, ਤੇ ਖੁਸ਼ੀ ਵੀ ਮਨਾਈ ਲੋਕਾਂ ਨੇ, ਔਰਤਾਂ ਨੱਚਦੀਆਂ ਮੈਂ ਦੇਖੀਆਂ, ਉਹਨਾਂ ਦੀ ਵੀਡੀਓ ਦੇਖੀ, ਬੜੇ ਖੁਸ਼ ਹੋਏ ਲੋਕ, ਸੜਕਾਂ ਚ ਆ ਕੇ ਖੁਸ਼ ਹੋਏ। ਕਾਰਨ ਇਹ ਸੀ ਕਿ ਇਹ ਉਹੀ ਸੀ ਜਿਹੜਾ ਕੱਟੜਪੰਥੀ, ਜਿਸਨੇ ਕਿਹਾ ਸੀ ਵੀ ਔਰਤਾਂ ਨੂੰ ਹਿਜਾਬ ਪਹਿਨਣਾ ਜ਼ਰੂਰੀ ਹੈ, ਤੇ ਜਦੋਂ ਔਰਤ ਜਿਹੜੀ ਹੈ ਹਿਜਾਬ ਪਾਈ, ਤੇ ਤੁਹਾਡੇ ਯਾਦ ਹੈ ਮਹਿਸਾ ਆਮੀਨੀ ਕੁੜੀ ਸੀ ਜਿਹਨੇ ਹਿਜਾਬ ਲਾਇਆ ਸੀ, ਉਹਨੂੰ ਗੋਲੀ ਵੱਜੀ ਸੀ ਜਦੇ ਪੁਲਿਸ ਦੀ ਹਿਰਾਸਤ ਚ ਮਾਰੀ ਗਈ ਸੀ। ਉਸ ਵੇਲੇ ਸਾਰੇ ਜਿਹੜਾ ਇਰਾਨ ਦੇ ਵਿੱਚ ਮੁਜ਼ਾਹਰੇ ਹੋਏ ਸੀ ਉਹਦੇ ਹੱਕ ਚ। ਇਹ ਸਾਰੀ ਗੱਲਬਾਤ ਆਪਾਂ ਕਰਦੇ ਹਾਂ ਕਿ ਕੀ ਅਸਰ ਪੈ ਸਕਦਾ ਅਗਲੇ ਹਿੱਸੇ ਦੇ ਵਿੱਚ। ਇੱਕ ਹੋਰ ਜਿਹੜਾ ਮੈਂ ਕੱਲ ਜ਼ਿਕਰ ਵੀ ਕੀਤਾ, ਜਿਹੜਾ ਮੇਰਾ ਆਪਣਾ ਚੈਨਲ ਜੀ ਦੇ ਮੈਂ ਡਿਟੇਲ ਚ ਕਈ ਵਾਰੀ, ਇੱਥੇ ਟਾਈਮ ਘੱਟ ਹੁੰਦਾ, ਉੱਥੇ ਮੈਂ ਉੱਥੇ ਵੀ ਜ਼ਿਕਰ ਕੀਤਾ ਸੀ ਕਿ ਸਤਪਾਲ ਖਹਿਰਾ ਨੇ ਜਿਹੜਾ ਬਿਆਨ ਦਿੱਤਾ ਹੈ ਕਿ ਜਿਹੜੇ ਇਹ ਜਿਹੜੇ ਪ੍ਰਵਾਸੀ ਨੇ, ਇਹ ਜਿਹੜੇ ਲੋਕ ਬਾਹਰੋਂ ਆਉਂਦੇ ਨੇ, ਇਹ ਸਾਡੀਆਂ ਨੌਕਰੀਆਂ ਵੀ ਖਾ ਰਹੇ ਨੇ, ਸਾਡੇ ਸੱਭਿਆਚਾਰ ਨੂੰ ਵੀ ਨੁਕਸਾਨ ਪਹੁੰਚਾ ਰਹੇ ਨੇ, ਪੰਜਾਬ ਨੂੰ ਖਤਰਾ ਹੈ, ਇਹ ਲੋਕ ਪੰਜਾਬ ਤੇ ਕਬਜ਼ਾ ਕਰਕੇ ਪੰਜਾਬੀਅਤ ਨੂੰ ਖਤਮ ਕਰ ਦੇਣਗੇ, ਇਹ ਪੰਜਾਬ ਤਾਂ ਪੰਜਾਬੀਆਂ ਦਾ ਹੈ, ਇਹਨਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ, ਤੇ ਨਾ ਹੀ ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਨਾ ਹੀ ਇਹ ਘਰ ਬਣਾ ਸਕਣ ਇੱਥੇ, ਗੈਰ ਪੰਜਾਬੀਆਂ ਨੂੰ ਜ਼ਮੀਨ ਜਾਇਦਾਦ ਖਰੀਦਣ ਤੇ ਰੋਕ ਲਾਉਣ ਲਈ ਕਾਨੂੰਨ ਬਣਨਾ ਚਾਹੀਦਾ। ਇਹੋ ਜਿਹੀਆਂ ਗੱਲਾਂ ਕੀਤੀਆਂ ਸੀ ਜਿਹਦਾ ਵਿਰੋਧ ਕੀਤਾ ਸੀ ਰਾਜਾ ਬੜਿੰਗ ਨੇ। ਉਹ ਗੱਲਬਾਤ ਆਪਾਂ ਥੋੜ੍ਹੀ ਜਿਹੀ ਅੱਗੇ ਇਸ ਕਰਕੇ ਅੱਗੇ ਕਰਨੀ ਹੈ ਕਿ ਸਤਪਾਲ ਖਹਿਰਾ ਨੇ ਇਹ ਸਾਰੀਆਂ ਗੱਲਾਂ ਨੂੰ ਕੰਟਰਡਿਕਟ ਕੀਤਾ ਤੇ ਕਿਹਾ ਕਿ ਮੈਂ ਇਹ ਜ਼ਰੂਰ ਕਹਿਣਾ ਹੈ ਕਿ ਕਾਨੂੰਨ ਬਣਨਾ ਚਾਹੀਦਾ, ਗੈਰ ਪੰਜਾਬੀ ਨਾ ਕੋਈ ਜ਼ਮੀਨ ਜਾਇਦਾਦ ਖਰੀਦ ਸਕਣ, ਜਿਵੇਂ ਹਿਮਾਚਲ ਚ ਹੈ, ਜਿਵੇਂ ਗੁਜਰਾਤ ਚ ਹੈ, ਜਿਵੇਂ ਰਾਜਸਥਾਨ ਚ ਹੈ, ਜਿਵੇਂ ਉੱਤਰਾਖੰਡ ਚ ਹੈ। ਤੇ ਲੇਕਿਨ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਇਕੱਲਾ ਇਹ ਤੇ ਵਿਵਾਦ ਦੀ ਗੱਲ ਨਹੀਂ, ਜਿਹੜਾ ਸੁਖਬੀਰ ਸਿੰਘ ਬਾਦਲ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਉਹਦੇ ਚ ਸਪਸ਼ਟ ਲਿਖਿਆ ਕਿ ਜੇ ਸਾਡੀ ਸਰਕਾਰ ਬਣਦੀ ਹੈ ਅਸੀਂ ਇੱਕ ਅਜਿਹਾ ਕਾਨੂੰਨ ਬਣਾਵਾਂਗੇ ਜਿਹੜਾ ਗੈਰ ਪੰਜਾਬੀਆਂ ਨੂੰ ਰੋਕੇਗਾ ਕਿ ਉਹ ਬਾਹਰੀ ਯੋਗ ਜ਼ਮੀਨ ਨਾ ਖਰੀਦ ਸਕਣ। ਯਾਨੀ ਇਹ ਗੱਲ ਹੁਣ ਚੱਲ ਚੁੱਕੀ ਹੈ, ਇਹਦੇ ਆਪਾਂ ਅਗਲੇ ਹਿੱਸੇ ਚ ਗੱਲ ਕਰਦੇ ਹਾਂ ਜਾ ਕੇ। ਇੱਕ ਗੱਲ ਪੂਨੇ ਦੇ ਵਿੱਚ ਮੈਂ ਤੁਹਾਨੂੰ ਦੱਸੀ ਸੀ, ਇਹ ਬਹੁਤ ਦੁੱਖ ਹੋਇਆ, 2.5-3 ਕਰੋੜ ਦੀ ਗੱਡੀ ਇੱਕ ਛੋਕਰਾ, ਜਿਵੇਂ ਲਖਮੀਪੁਰ ਖੀਰੀ ਚ ਸਾਡੇ ਗ੍ਰਹਿ ਰਾਜ ਮੰਤਰੀ ਟੈਨੀ ਦੇ ਛੋਕਰੇ ਆਸ਼ੀਸ਼ ਕੁਮਾਰ ਨੇ 4 ਬੰਦਿਆਂ ਤੇ ਚੜਾਤੀ ਸੀ ਕਿਸਾਨਾਂ ਤੇ ਗੱਡੀ, ਬਿਲਕੁਲ ਉਸੇ ਤਰ੍ਹਾਂ 2 ਇੰਜੀਨੀਅਰਾਂ ਤੇ ਗੱਡੀ ਚੜਾਤੀ, ਉਹ ਦੋਨੇ ਮਾਰੇ ਗਏ, ਇੰਜੀਨੀਅਰ ਮਾਰੇ ਗਏ। ਹਾਲੇ 18 ਸਾਲ ਦਾ ਹੋਣਾ ਹੈ, ਉਹਨੇ ਇੰਨਾ ਵੀ ਘੱਟ 1 ਮਹੀਨੇ ਬਾਅਦ ਹੋਣਾ ਹੈ। ਲੇਕਿਨ ਦੁੱਖ ਉਦੋਂ ਹੋਇਆ ਜਦੋਂ ਇਹ ਬੰਦਾ ਜਿਹੜਾ 2.5-3 ਕਰੋੜ ਦੀ ਗੱਡੀ ਚ ਸ਼ਰਾਬ ਪੀ ਕੇ ਚਲਾ ਰਿਹਾ ਸੀ, ਉਸ ਦੀ ਜ਼ਮਾਨਤ ਹੋ ਗਈ 2-3 ਘੰਟੇ ਦੇ ਵਿੱਚ ਹੀ। ਕੀ ਸਜ਼ਾ ਦਿੱਤੀ? ਕਹਿੰਦੇ 300 ਸ਼ਬਦਾਂ ਦਾ ਇੱਕ ਲੇਖ ਲਿਖ ਕੇ ਦਿਖਾਓ। ਕਿਆ ਕਮਾਲ ਹੈ, ਕਦੇ ਕਦੇ ਜੱਜਾਂ ਤੇ ਹੈਰਾਨੀ ਹੁੰਦੀ ਹੈ। ਵੈਸੇ ਕਹਿੰਦੇ ਜੱਜਮੈਂਟ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ, ਕਰੀਏ ਕੀ, ਇਹ ਦੇਸ਼ ਚ ਕਾਨੂੰਨ ਕਿਸ ਤਰ੍ਹਾਂ ਦੇ ਨੇ।
ਤੇ ਇਸ ਤਰ੍ਹਾਂ ਹੀ ਸਾਡੀ ਜਿਹੜੀ ਸੋਸ਼ਲ ਮੀਡੀਆ ਜੋ ਕੁਝ ਕਰਦੀ ਹੈ, ਇਹ ਵੀ ਬੜੇ ਦੁੱਖ ਦੀ ਗੱਲ ਹੈ। ਸੋਸ਼ਲ ਮੀਡੀਆ ਨੂੰ ਟ੍ਰੋਲ, ਚਲੋ ਜਿਹੜੇ ਬੰਦੇ ਕਰਦੇ ਨੇ, ਹੁਣ ਸਾਡੇ ਖਿਲਾਫ ਲਿਖੀ ਜਾਂਦੇ ਹੋ, ਕੋਈ ਬੋਲੀ ਜਾਂਦਾ ਹੈ ਕਿ ਹਾਲਾਂਕਿ ਅਸੀਂ ਨਿਰਪੱਖ ਹੋ ਕੇ ਚੱਲਦੇ ਹਾਂ, ਫਿਰ ਵੀ ਕੋਈ ਕਿਸੇ ਨੂੰ ਜਿਹੜੀ ਜਿਹਦਾ ਦਿਲ ਕਰਦਾ ਹੈ, ਆਜ਼ਾਦੀ ਹੁੰਦੀ ਹੈ ਨਾ, ਲਿਖੀ ਜਾਂਦੇ ਨੇ। ਲੇਕਿਨ ਜਿਹੜੇ ਜਿਹੜੀਆਂ ਮਾਵਾਂ ਨੇ, ਜਿਹੜੀਆਂ ਔਰਤਾਂ ਨੇ, ਉਹਨਾਂ ਨੂੰ ਟ੍ਰੋਲ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ। ਹੋਇਆ ਤਾਂ ਇਹ ਸੀ ਕਿ ਇੱਕ ਚੌਥੀ ਮੰਜ਼ਿਲ ਤੇ ਕੁੜੀ ਪੇਕੇ ਗਈ ਸੀ, ਚੌਥੀ ਮੰਜ਼ਿਲ ਤੇ ਰਹਿੰਦੇ ਸੀ ਪੁਣੇ ਚ, ਉੱਥੇ ਕਿਤੇ ਉਹ ਆਪਦੇ 7 ਮਹੀਨੇ ਦੀ ਬੱਚੀ ਨੂੰ ਦੁੱਧ ਪਿਲਾ ਰਹੀ ਸੀ, ਉਹ ਬੱਚੀ ਹੱਥੋਂ ਛੁੱਟ ਗਈ। ਉਹ ਚੌਥੀ ਮੰਜ਼ਿਲ ਤੋਂ ਪਹਿਲੀ ਮੰਜ਼ਿਲ ਤੇ ਫਸ ਗਈ ਜਾ ਕੇ ਬੱਚੀ, ਔਰ ਬਚਾ ਲਈ ਬੱਚੀ। ਤੇ ਲੇਕਿਨ ਲਾਪਰਵਾਹ ਮਾਂ ਜੀ ਨੇ ਕਰਤਾ, ਉਹਦੇ ਖਿਲਾਫ ਜੋ ਕੁਛ ਚੱਲਿਆ ਸੋਸ਼ਲ ਮੀਡੀਆ ਤੇ, ਉਹ ਡਿਪਰੈਸ਼ਨ ਚਲੀ ਗਈ, ਕੱਲ ਹੋ ਰਿਹਾ ਸੁਸਾਈਡ ਕਰ ਲਿਆ। ਤੋ ਇਹ ਖਬਰ ਵੀ ਆਪਾਂ ਲੈਂਦੇ ਹਾਂ ਡਿਟੇਲ ਚ। ਇੱਕ ਏਜੰਡਾ ਸੈਟਿੰਗ ਥਿਊਰੀ ਹੁੰਦੀ ਹੈ ਮੇਰੇ ਦਰਸ਼ਕੋ, ਔਰ ਉਹ ਏਜੰਡਾ ਸੈਟਿੰਗ ਇਹ ਹੁੰਦੀ ਹੈ ਵੀ ਜੇ ਅਸੀਂ ਤਾਂ ਵੋਟ ਪਾਵਾਂਗੇ ਜੇ ਤੁਸੀਂ ਇਹ ਕਰੋਗੇ। ਤੋ ਇਹ ਅੰਮ੍ਰਿਤਸਰ ਦੇ ਵਿੱਚ ਲੋਕਾਂ ਨੇ ਕਿਹਾ ਕਿ ਅਸੀਂ ਹੈਗਾ ਬਾਰਡਰ ਸਟੇਟ ਤੇ ਬੈਠੇ, ਸਾਨੂੰ ਦੱਸੋ, ਸਾਰੇ ਲਾਰੇ ਲਾਈ ਜਾਂਦੇ ਨੇ ਕਿ ਨਸ਼ਾ ਤੁਸੀਂ ਕਿਵੇਂ ਖਤਮ ਕਰੋਗੇ, ਗਰੰਟੀ ਕਿਵੇਂ ਦਿੰਦੇ ਹੋ, ਜੇ ਸਾਨੂੰ ਲੱਗਿਆ ਕਿ ਤੁਸੀਂ ਠੀਕ ਹੋ ਤਾਂ ਤੁਹਾਨੂੰ ਅਸੀਂ ਵੋਟ ਪਾਵਾਂਗੇ। ਇਹ ਏਜੰਡਾ ਸਾਰਿਆਂ ਨੂੰ ਸੈੱਟ ਕਰਨਾ ਚਾਹੀਦਾ। ਇਹਦੇ ਆਪਾਂ ਅਗਲੇ ਹਿੱਸੇ ਚ ਗੱਲ ਕਰਦੇ ਹਾਂ, ਤੇ ਨਾਲ ਫਿਰ ਆਪਾਂ ਯੂ ਟਰਨ ਦੀ ਗੱਲ ਕਰਨੀ ਹੈ। ਇੱਕ ਖਬਰ ਇਹ ਵੀ ਹੈ ਕਿ ਹੋਰ ਯੂ ਟਰਨ ਲੈ ਲਿਆ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ। ਇਹ ਯੂ ਟਰਨ ਜੇ ਲੈ ਲਿਆ, ਸਹੀ ਨਿਕਲਿਆ, ਤੇ ਫਿਰ ਏਡਾ ਖਰਚਾ ਕੀਤਾ ਉਹਦਾ ਕੀ ਬਣੂ? ਪਹਿਲੇ ਦੱਸ ਕੋ, ਕਾਂਗਰਸ ਵੱਲੋਂ ਜਿਹੜਾ ਉਮੀਦਵਾਰ ਚੰਡੀਗੜ੍ਹ ਚ ਮਨੀਸ਼ ਤਿਵਾੜੀ ਹੈ, ਉਹ ਆਏ ਵਾਰ ਵੈਸੇ 2 ਵਾਰ ਬਣ ਚੁੱਕੇ, ਪਹਿਲਾਂ ਇੱਕ ਵਾਰ ਲੁਧਿਆਣਾ ਤੋਂ ਲੋਕ ਸਭਾ ਦਾ ਮੈਂਬਰ, ਇੱਕ ਵਾਰ ਅਨੰਦਪੁਰ ਸਾਹਿਬ ਤੋਂ, ਤੇ 2 ਵਾਰੀ ਤਾਂ ਬਦਲ ਲਿਆ ਹਲਕਾ, ਹੁਣ ਚੰਡੀਗੜ੍ਹ ਤੋਂ। ਤੇ ਚੰਡੀਗੜ੍ਹ ਚ ਉਹਨੇ ਆਪਣਾ ਇੱਕ ਮੈਨੀਫੈਸਟੋ ਜਾਰੀ ਕੀਤਾ, ਉਹਦੇ ਚ ਵਾਅਦਾ ਕੀਤਾ ਕਿ ਜੇ ਮੈਂ ਜਿੱਤਦਾ ਤਾਂ ਚੰਡੀਗੜ੍ਹ ਨੂੰ ਇੱਕ ਵੱਖਰੇ ਸੂਬੇ ਵਰਗੇ ਅਧਿਕਾਰ ਦਿਓ। ਅਸੀਂ ਕਹਿੰਦੇ ਹਾਂ ਕਿ ਚੰਡੀਗੜ੍ਹ ਪੰਜਾਬ ਦਾ ਹੈ, ਉਹ ਕਹਿੰਦਾ ਨਹੀਂ, ਚੰਡੀਗੜ੍ਹ ਜਿਹੜਾ ਹੈ ਉਹ ਇੱਕ ਵੱਖਰੇ ਉਹਦੇ ਹੱਕ ਨੇ, ਸੂਬੇ ਵਾਲੇ, ਜਿਹੜੀ ਕਿਸਮ ਦੀ ਵੱਖਰੀ ਸਟੇਟ ਵੀ ਹੋਏਗੀ। ਇਹ ਉਹਨੇ ਕਹਿਤਾ ਆਪਦੇ ਮੈਨੀਫੈਸਟੋ ਚ, ਚੋਣ ਪੱਤਰ ਚ। ਇੱਥੇ ਸਿਆਸਤ ਭਖਣੀ ਸੀ, ਭੱਖ ਗਈ, ਕਿਉਂਕਿ ਉਹਦਾ ਜਿਹੜਾ ਸਾਥ ਦੇ ਰਿਹਾ ਉੱਥੇ ਆਮ ਆਦਮੀ ਪਾਰਟੀ, ਸਾਂਝਾ ਉਮੀਦਵਾਰ ਹੈ ਚੰਡੀਗੜ੍ਹ ਚ, ਪੰਜਾਬ ਵਾਂਗ ਆਪਸ ਚ ਲੜਾਈ ਨਹੀਂ ਇਹਨਾਂ ਦੀ। ਤੇ ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਨੂੰ ਲੈ ਲਿਆ, ਕਹਿੰਦੇ ਕਿਹਾ ਅਸੀਂ ਚੰਡੀਗੜ੍ਹ ਪੰਜਾਬ ਦਾ ਸਾਡਾ, ਅਸੀਂ ਪੰਜਾਬ ਦੇ ਲਈ ਚੰਡੀਗੜ੍ਹ ਵਿੱਚ ਲੜ ਰਹੇ ਹਾਂ ਔਰ ਲੜਦੇ ਰਹਾਂਗੇ। ਇਹ ਤਿਵਾੜੀ ਨੇ ਇਹ ਕਹਿ ਕੇ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ। ਪਹਿਲਾਂ ਭਗਵੰਤ ਮਾਨ ਵੀ ਇਹੀ ਕਹਿੰਦਾ ਸੀ ਕਿ ਸਾਨੂੰ ਹਾਈਕੋਰਟ ਲਈ ਜ਼ਮੀਨ ਦਿਓ, ਸਾਨੂੰ ਤੁਸੀਂ ਜਿਹੜਾ ਹੈ ਉਹ ਵਿਧਾਨ ਸਭਾ ਲਈ ਸਾਨੂੰ ਵੀ ਜ਼ਮੀਨ ਦਿਓ। ਉਹ ਕਹਿੰਦੇ ਤੁਸੀਂ ਕਿਉਂ ਮੰਗਦੇ, ਤੁਹਾਡਾ ਤਾਂ ਆਪਦਾ ਹੱਕ ਹੈ, ਚੰਡੀਗੜ੍ਹ ਤੁਹਾਡਾ। ਤੇ ਇਹ ਇਹਦਾ ਮਤਲਬ ਦੋਨੇ ਪਾਰਟੀਆਂ ਚੰਡੀਗੜ੍ਹ ਨੂੰ ਛੱਡਣਾ ਚਾਹੁੰਦੀਆਂ ਨੇ ਤੇ ਹੱਕ। ਇਹ ਗੱਲ ਸੁਖਬੀਰ ਸਿੰਘ ਬਾਦਲ ਨੇ ਕਹੀ, ਤੇ ਬਾਦਲ ਸਾਹਿਬ ਦੀ ਗੱਲ ਹੈ ਵੀ ਠੀਕ, ਇਹ ਗੱਲ ਮੈਂ ਮੰਨਦਾ ਘੱਟੋ ਘੱਟ ਇਸ ਇਸ਼ੂ ਤੇ। ਇਸ ਇਸ਼ੂ ਤੇ ਸੁਨੀਲ ਜਾਖੜ ਵੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਨੇ ਸਪਸ਼ਟ ਕੀਤਾ, ਕਹਿੰਦੇ ਚੰਡੀਗੜ੍ਹ ਪੰਜਾਬ ਦਾ ਸੀ, ਪੰਜਾਬ ਦਾ ਹੀ ਰਹੂਗਾ। ਤੇ ਤਿਵਾੜੀ ਨੇ ਆਪਣੀ ਮੈਨੀਫੈਸਟੋ ਵਿੱਚ ਜਿਹੜੀ ਸਟੇਟ ਬਣਾਉਣ ਦਾ, ਸਿਟੀ ਸਟੇਟ ਬਣਾਉਣ ਦੀ ਗੱਲ ਕੀਤੀ ਹੈ, ਇਹਦਾ ਅਸੀਂ ਵਿਰੋਧ ਕਰਦੇ ਹਾਂ। ਜਾਣੀ ਕਿ ਵੈਸੇ ਤਿਵਾੜੀ ਸਾਹਿਬ
ਕੱਲ ਨੂੰ ਜਦੋਂ ਤੁਸੀਂ ਕਿਤੇ ਪੰਜਾਬ ਚ ਆ ਕੇ ਫੇਰ ਲੜੇ, ਤੁਸੀਂ ਤਾਂ ਬਦਲਦੇ ਰਹਿੰਦੇ ਹੋ, ਉਦੋਂ ਕੀ ਜਵਾਬ ਦਿਓਗੇ ਲੋਕਾਂ ਨੂੰ ਕਿ ਚੰਡੀਗੜ੍ਹ ਪੰਜਾਬ ਦਾ ਕਿ ਨਹੀਂ ਹੈ? ਮੈਂ ਤਾਂ ਪਹਿਲੇ ਕਿਹਾ ਸੀ ਕਿ ਤੁਹਾਨੂੰ ਇਹ ਗੱਲ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ, ਜਿਵੇਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਿਬ ਕਹਿ ਰਹੇ ਨੇ ਚੰਡੀਗੜ੍ਹ ਪੰਜਾਬ ਦਾ ਸੀ ਤੇ ਪੰਜਾਬ ਦਾ ਰਹੂਗਾ। ਸੰਜੇ ਟੰਡਨ ਨੂੰ ਵੀ ਆਪਣੀ ਗੱਲ ਜਿਹੜੀ ਹੈ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਉੱਥੇ ਦਾ ਉਮੀਦਵਾਰ ਆ, ਉਹਨੂੰ ਵੀ ਆਪਣੀ ਕਲੀਅਰ ਕਰਨੀ ਚਾਹੀਦੀ ਹੈ, ਸਟੈਂਡ ਕਲੀਅਰ ਕਰਨਾ ਚਾਹੀਦਾ। ਜੋ ਵੀ ਹੋਵੇ, ਇਹ ਗੱਲ ਨੇ ਬੜਾ ਵੱਡਾ ਜਿਹੜਾ ਹੈ ਵਿਵਾਦ ਖੜਾ ਕੀਤਾ। ਵੈਸੇ ਤਾਂ ਬਹੁਤ ਸਾਰੇ ਸਵਾਲ ਨੇ, ਵਿਵਾਦ ਖੜਾ ਕਰ ਹੀ ਰਹੇ। ਹੁਣ ਹਾਲਾਤ ਤਾਂ ਇਹ ਹੋਏ ਪਏ ਨੇ, ਮੈਂ ਪਹਿਲਾਂ ਵੀ ਕਿਹਾ ਸੀ ਕਿ ਗਰਮੀ ਜ਼ਿਆਦਾ ਹੈ ਤੇ ਸਵਾਲ ਵੀ ਗਰਮ ਨੇ, ਜਵਾਬ ਹੈ ਨਹੀਂ ਕਿਸੇ ਕੋਲ। ਕਿਹੜਾ ਬੰਦਾ ਕਿਹੜਾ ਜਵਾਬ ਦਿਓ? ਭਾਰਤੀ ਜਨਤਾ ਪਾਰਟੀ ਕੋਲ ਇੰਨੇ ਸਵਾਲ ਨੇ ਵੀ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ, ਜੋ ਵਾਅਦੇ ਕੀਤੇ ਸੀ MSP ਦੇ ਕਾਨੂੰਨੀ ਗਰੰਟੀ ਦਿੱਤੀ। ਆਮ ਆਦਮੀ ਪਾਰਟੀ ਕੋਲ ਵੀ ਕੀ ਕੀਤਾ ਤੁਸੀਂ ਜੀ? ਨਸ਼ਿਆਂ ਬਾਰੇ ਕੀ ਕੀਤਾ? ਹਜ਼ਾਰ ਕਿਉਂ ਨਹੀਂ ਦਿੱਤਾ? ਕਾਂਗਰਸ ਬਾਰੇ ਵੀ ਤੁਸੀਂ ਇੰਨੇ ਸਾਲਾਂ ਚ ਕਿਉਂ ਨਹੀਂ ਦਿੱਤੀ ਜੀ ਗਰੰਟੀ? ਕੋਈ ਤਾਂ ਹੋਵੇ, ਬੇਅਦਬੀ ਦੇ ਮਾਮਲੇ ਚ ਅਕਾਲੀ ਫਸ ਜਾਂਦੇ ਨੇ। ਤੋ ਗਰਮੀ ਵੀ ਹੈ, ਸਵਾਲਾਂ ਦੀ ਵੀ ਗਰਮੀ ਹੈ। ਬਹੁਤ ਔਖਾ ਹੋਇਆ ਪਿਆ ਹੈ ਇਸ ਵਾਰ ਇਲੈਕਸ਼ਨ ਲੜਨੀ, ਆਉਣ ਵਾਲੇ ਟਾਈਮ ਚ ਹੋਰ ਵੀ ਔਖਾ ਹੋਊਗਾ ਲੀਡਰਾਂ ਨੂੰ, ਇਹ ਗੱਲ ਵੀ ਸਪਸ਼ਟ ਹੈ। ਹੁਣ ਇੱਕ ਦੂਜੇ ਦੇ ਨਵੀਆਂ ਗੱਲਾਂ ਸ਼ੁਰੂ ਕਰਤੀਆਂ। ਹੁਣ ਜਿਹੜੀ ਪ੍ਰਨੀਤ ਕੌਰ, ਜਿਹਨਾਂ ਦੇ ਹੱਕ ਚ ਮੋਦੀ ਸਾਹਿਬ ਆ ਰਹੇ ਨੇ, ਉਹ ਕੱਲ ਕਹਿ ਰਹੇ ਸੀ ਕਿ ਕਿਉਂਕਿ ਉਹਨਾਂ ਦਾ ਵਿਰੋਧ ਹੋਇਆ ਭੁੰਨਰ ਰੇਹੜੀ ਪਟਿਆਲੇ ਦੇ ਲਾਗੇ, ਤੇ ਕਹਿੰਦੇ ਵੀ ਇਹ ਕਿਸਾਨ ਨੀ ਮੇਰਾ ਵਿਰੋਧ ਕਰ ਰਹੇ, ਇਹ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਕਿਸਾਨਾਂ ਦੇ ਭੇਸ ਬਦਲ ਕੇ ਆ ਰਹੇ ਨੇ। ਹੋਣਗੇ, ਲੇਕਿਨ ਇਹ ਵੀ ਕੋਈ ਤਰੀਕਾ ਨਹੀਂ ਕਿ ਹਰੇਕ ਨੂੰ ਤੁਸੀਂ ਇਹ ਕਹੋ ਕਿ ਕਿਸਾਨ ਵਿਰੋਧ ਨਹੀਂ ਕਰ ਰਹੇ। ਇਹ ਸਾਰਾ ਕੁਛ ਬੜਾ ਕੀ ਕੁਛ ਚੱਲ ਰਿਹਾ। ਹੁਣ ਕੇਜਰੀਵਾਲ ਸਾਹਿਬ ਦੀ ਗੱਲ ਸੀ, ਉਹਨਾਂ ਨੂੰ ਇੱਕ ਧਮਕੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਦਿੱਲੀ ਪੁਲਿਸ ਕਹਿ ਰਹੀ ਹੈ ਅਸੀਂ ਜਾਂਚ ਕਰ ਰਹੇ ਹਾਂ, ਉੱਥੇ ਜਿਹੜੀਆਂ ਰੇਲਵੇ ਮੈਟਰੋ ਟ੍ਰੇਨਾਂ ਤੇ ਜਾਂ ਸਟੇਸ਼ਨਾਂ ਤੇ ਵੱਡੇ ਵੱਡੇ ਸੁਨੇਹੇ ਲਿਖੇ ਨੇ, ਛੱਡ ਜਾਓ ਤੁਸੀਂ ਇੱਥੋਂ, ਦਿੱਲੀ ਛੱਡ ਜਾਓ, ਤੁਸੀਂ ਇਹੋ ਜਿਹੇ, ਤੁਸੀਂ ਇਹੋ ਜਿਹੇ। ਮਤਲਬ ਬੜੇ ਅਜੀਬ ਕਿਸਮ ਦੀ ਕਹਾਣੀ, ਤੇ ਖਾਸ ਤੌਰ ਤੇ ਜਦੋਂ ਸਵਾਤੀ ਮਾਲੀਵਾਲ ਬੋਲਦੀ ਆ, ਆਪ ਉਹਨੇ ਦੁਬਾਰਾ ਬੋਲਿਆ ਕਿ ਇੱਕ ਟਾਈਮ ਸੀ ਮੈਨੂੰ ਇਹ ਲੇਡੀ ਸੰਗਮ ਦੱਸਦੇ ਸੀ, ਤੇ ਹੁਣ ਕਹਿੰਦੀ ਮੈਂ ਕੀ ਹੋ ਗਈ, ਇੰਨੀ ਮਾੜੀ ਹੋ ਗਈ, ਮੈਂ ਦੱਸੂ ਇਹਨਾਂ ਨੂੰ। ਜਿਹਦੀ ਸਿਆਸਤ ਦੇ ਵਿੱਚ ਅਜੀਬ ਕਿਸਮ ਦੀ ਗੱਲ ਹੈ। ਗਾਲੀ ਗਲੋਚ ਕਹਿੰਦੀ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ, ਤੇ ਮੇਰੇ ਕੋਲ ਕਹਿੰਦੀ ਇਹਨਾਂ ਦੇ ਲਈ ਬਹੁਤ ਕੁਛ ਹੈ ਕਿ ਇਹ ਜਿੰਨਾ ਇਹ ਝੂਠ ਬੋਲਦੇ ਨੇ ਮੈਂ ਸਾਰਾ ਲੈ ਕੇ ਆਊ ਲੋਕਾਂ ਦੇ ਅੱਗੇ। ਵਿਰੋਧੀ ਤਾਂ ਚਾਹੁੰਦੇ ਹੀ ਨੇ। ਕਹਿੰਦੀ ਹੁਣ ਇਹ ਕਹਿੰਦੇ ਨੇ, ਸਵਾਤੀ ਕਹਿੰਦੀ ਕਿ ਜੀ ਮੇਰੇ 'ਚ ਕੋਈ ਕਰਪਸ਼ਨ ਦਾ ਕੇਸ ਸੀ ਤਾਂ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਬਲੈਕਮੇਲ ਕੀਤਾ ਤਾਂ ਮੈਂ ਉਹਦੇ ਹੱਕ 'ਚ ਹੋਇਆ। ਕਹਿੰਦੇ ਉਹ 16 ਦਾ ਕੇਸ ਤੇ ਹਾਈਕੋਰਟ ਦੇ ਚੱਲ ਰਿਹਾ ਹੈ, ਕੋਈ ਐਸੀ ਗੱਲ ਨਹੀਂ। ਚਲੋ ਖੈਰ, ਇਹ ਜਿਹੜੇ ਆਪਸ 'ਚ ਲੜਾਈ 'ਚ ਲੋਕਾਂ ਨੂੰ ਕਾਫੀ ਜਿਹੜਾ ਉਹ ਇਨਫੋਰਮੇਸ਼ਨ ਮਿਲ ਜਾਂਦੀ ਹੈ। ਵਿਵਾਦ ਜਿਹੜਾ ਕਈ ਵਾਰੀ ਨਾ, ਵਿਵਾਦ ਤੇ ਸੰਵਾਦ 'ਚ ਫਰਕ ਹੀ ਬਸ ਇੰਨਾ ਕੀ ਹੁੰਦਾ, ਸੰਵਾਦ ਤੇ ਵਿਵਾਦ ਕਰਨਾ ਚਾਹੀਦਾ। ਮੈਂ ਬਹੁਤ ਵਾਰ ਇੱਕ ਗੱਲ ਕਹੀ ਹੈ ਕਿ ਬਾਬਾ ਨਾਨਕ ਦਾ ਇੱਕ ਗੱਲ ਤਾਂ ਅਸੀਂ ਸਭ ਨੇ ਮੰਨ ਲਈ, ਲੰਗਰ ਲਾਉਣੇ ਸ਼ੁਰੂ ਕਰਦੇ, ਇੱਕ ਲੰਗਰ ਹੋਰ ਵੀ ਲੱਗਣਾ ਚਾਹੀਦਾ, ਸੰਵਾਦ। ਜਬ ਲੱਗ ਦੁਨੀਆ ਰਹੀਏ, ਨਾਨਕ ਕਿਸ ਸੁਣੀਏ ਕਿਸ ਕਹੀਏ, ਗੱਲ ਕਰੋ ਆਪਾਂ। ਤੇ ਹੁਣ ਗੱਲ ਜੇ ਸ਼ੁਰੂ ਹੁੰਦੀ ਹੈ, ਹਿੰਮਤ ਨਾਲ ਕਰਨੀ ਪੈਂਦੀ ਹੈ। ਸੁਖਪਾਲ ਖਹਿਰਾ ਨੇ ਇੱਕ ਗੱਲ ਕਹੀ ਹੈ, ਹਾਂ ਬਾਕੀ ਗੱਲਾਂ ਉਹਦੀਆਂ ਤਾਂ ਤੁਸੀਂ ਸਹਿਮਤ ਹੋ ਸਕਦੇ ਹੋ ਕਿ ਨਹੀਂ, ਕਿ ਜੀ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਪ੍ਰਵਾਸੀਆਂ ਨੂੰ ਹੋਣਾ ਚਾਹੀਦਾ, ਇਹਨਾਂ ਨੂੰ ਜਿਹੜੇ ਬੰਦੇ ਬਾਹਰੋਂ ਆਉਂਦੇ ਨੇ ਉਹਨਾਂ ਨੂੰ ਜ਼ਮੀਨ ਘਰ ਨਾ ਬਣਾ ਸਕਣ,
ਉਹ ਇੱਥੇ ਨੌਕਰੀਆਂ ਨਾ ਮਿਲਣ, ਇਹ ਸਾਰੀਆਂ ਗੱਲਾਂ ਚ ਆਪਣੇ ਕੋਲ ਤਰਕ ਇਹ ਹੋ ਸਕਦਾ ਹੈ ਕਿ ਜੀ ਅਸੀਂ ਇਹਨਾਂ ਤੋਂ ਬਿਨਾਂ ਸਰਦਾ ਨਹੀਂ, ਸਾਡੇ ਬੰਦੇ ਵੀ ਬਾਹਰ ਜਾਂਦੇ ਨੇ, ਸਾਡੇ ਵੀ ਕੋਈ ਕਲਕੱਤੇ, ਕੋਈ ਇੰਦੌਰ, ਕੋਈ ਬੰਬਈ ਬੈਠਾ, ਤੋ ਉਹ ਵੀ ਤਾਂ ਉੱਥੇ ਕਰਦੇ ਨੇ। ਇਹ ਸਾਰੀਆਂ ਗੱਲਾਂ ਬਿਲਕੁਲ ਠੀਕ, ਲੇਕਿਨ ਉਹਨਾਂ ਦਾ ਇੱਕ ਤਰਕ ਸੋਚਣ ਦਾ, ਕਿਹੜਾ ਤਰਕ? ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਰਾਜਾ ਵੜਿੰਗ ਨੂੰ ਵੀ ਦਿੱਤਾ, ਕਹਿੰਦੇ ਸੁਖਪਾਲ ਸਿੰਘ ਖਹਿਰਾ ਵੀ ਜੇ ਹਿਮਾਚਲ ਵਾਲੇ ਇੱਕ ਕਾਨੂੰਨ ਬਣਾ ਸਕਦੇ ਨੇ ਕਿ ਬਾਹਰਲੀ ਸਟੇਟ ਦਾ ਕੋਈ ਬੰਦਾ ਉੱਥੇ ਆ ਕੇ ਨਹੀਂ ਖਰੀਦ ਸਕਦਾ, ਗੁਜਰਾਤ ਵਾਲੇ ਕਹਿੰਦੇ ਨੇ ਨੋਨ ਐਗਰੀਕਲਚਰ ਡਿਸਟ ਨਹੀਂ ਖਰੀਦ ਸਕਦਾ, ਔਰ ਉੱਤਰਾਖੰਡ ਨੇ ਵੀ ਆਪਦਾ, ਰਾਜ ਸਰਕਾਰ ਨੇ ਵੀ ਆਪਦਾ ਬਣਾਇਆ, ਜੇ ਐਂਡ ਕੇ ਚ ਹੁਣ ਥੋੜਾ ਜਿਹਾ ਉਹਨਾਂ ਦਾ ਰਾਹਤ ਮਿਲੀ ਹੈ, ਨਹੀਂ ਉਹਨਾਂ ਦੇ ਵੀ ਬਾਹਰਲਾ ਬੰਦਾ ਨਹੀਂ ਜਾ ਸਕਦਾ ਕਿ ਆਪਾਂ ਇੱਕ ਕਾਨੂੰਨ ਬਣਾ ਲਈਏ ਜਿਹਦੇ ਚ ਇਹ ਹੋਵੇ ਕਿ ਕੋਈ ਵੀ ਗੈਰ ਪੰਜਾਬੀ ਆ ਕੇ ਵਾਹੀ ਯੋਗ ਜ਼ਮੀਨ ਨਾ ਖਰੀਦ ਸਕੇ। ਇਹ ਸੁਖਪਾਲ ਖਹਿਰੇ ਦੇ ਵਿਵਾਦ ਦੇ ਵਿੱਚ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਹੈ ਕਿ ਇਕੱਲਾ ਉਹਨੂੰ ਨਾ ਆਪਾਂ ਕਹੀਏ, ਕਿਉਂਕਿ ਜਿਹੜਾ ਕੁਛ ਸੁਖਬੀਰ ਸਿੰਘ ਬਾਦਲ ਨੇ ਰਿਟਰਨ ਦਿੱਤਾ ਹੈ ਉਹ ਵੀ ਉਹੀ ਕੁਛ ਹੈ ਜੋ ਸੁਖਪਾਲ ਖਹਿਰਾ ਕਹਿ ਰਹੇ। ਉਹਨਾਂ ਦਾ ਜਿਹੜਾ ਨਾ ਪੰਜਾਬੀਆਂ ਦੇ ਵਿਸ਼ੇਸ਼ ਹਿੱਤਾਂ ਦੀ ਰਾਖੀ ਲਈ ਉਹਨਾਂ ਦਾ ਇੱਕ ਜਿਹੜਾ ਕਾਲਮ ਹੈ ਚੋਣ ਮੈਨੀਫੈਸਟੋ ਦਾ, ਉਹਦੇ ਚ ਉਹ ਕਹਿੰਦੇ ਨੇ ਕਿ ਪੰਜਾਬ ਚ ਪੰਜਾਬੀਆਂ ਦੇ ਹਿੱਤਾਂ ਨੂੰ ਖੋਰਾ ਲੱਗ ਰਿਹਾ, ਪੰਜਾਬ ਚ ਪੰਜਾਬੀ ਨੂੰ ਨੌਕਰੀਆਂ ਨਹੀਂ ਮਿਲ ਰਹੀ। ਇਹ ਗੱਲ ਕਰਦੇ ਉਦੋਂ ਬਾਅਦ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦਾ ਮੈਨੀਫੈਸਟੋ ਕਹਿੰਦਾ ਹੈ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਲੁੱਟ ਖਸੁੱਟ ਰੋਕਣ ਲਈ ਕਾਨੂੰਨ ਬਣਾ ਕੇ ਲਾਜ਼ਮੀ ਕੀਤਾ ਜਾਵੇਗਾ ਕਿ ਕੋਈ ਬਾਹਰਲੇ ਸੂਬਿਆਂ ਦਾ ਕੋਈ ਬੰਦਾ ਆ ਕੇ ਪੰਜਾਬ ਚ ਵਾਹੀ ਯੋਗ ਜ਼ਮੀਨ ਨਾ ਖਰੀਦ ਸਕੇ। ਇਹੀ ਗੱਲ ਸੁਖਪਾਲ ਸਿੰਘ ਖਹਿਰਾ ਕਹਿੰਦੇ, ਔਰ ਇਹ ਦੇਸ਼ ਦੇ ਕਈ ਹਿੱਸਿਆਂ ਚ ਪਹਿਲਾਂ ਚੱਲ ਰਿਹਾ ਕਈ ਸਟੇਟਾਂ ਦੇ ਵਿੱਚ। ਸੋ ਇਹ ਕਈ ਵਾਰੀ ਜਿਹੜੇ ਸੰਵਾਦ ਹੁੰਦਾ ਉਹਦੇ ਚੋਂ ਕੋਈ ਨਾ ਕੋਈ ਨਤੀਜਾ ਸਹੀ ਵੀ ਨਿਕਲਦਾ। ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਇੱਕ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿ ਜਦੋਂ ਹੈਲੀਕਾਪਟਰ ਹਾਦਸੇ ਦੇ ਵਿੱਚ ਇਰਾਨ ਦੇ ਰਾਸ਼ਟਰਪਤੀ ਚਲੇ ਜਾਂਦੇ ਨੇ ਇਬਰਾਹਿਮ ਰਾਏ ਸੀ, ਗਏ ਤਾਂ 63 ਸਾਲ ਦੀ ਉਮਰ ਚ, ਪਰ ਕੱਟੜਪੰਥੀ ਬੰਦਾ, ਖਮੈਨੀ ਦਾ ਖਾਸ ਬੰਦਾ ਇਹ ਲੋਕ ਤੁਸੀਂ ਕਹਿ ਸਕਦੇ ਹੋ, ਆਯਤੁੱਲਾ ਖਮੈਨੀ ਜਿਹੜਾ ਕਿ ਧਾਰਮਿਕ ਲੀਡਰ ਹੈ ਉਹਦਾ ਖਾਸ ਬੰਦਾ ਇਹ ਜਿਹੜਾ ਰਾਸ਼ਟਰਪਤੀ ਸੀ, ਤੇ ਚਾਹੇ ਇਸਰਾਇਲ ਤੇ ਡਰੋਨ ਹਮਲਾ ਕਰਨਾ ਹੈ ਜਾਂ ਕੋਈ ਹੋਰ ਕੱਟੜਵਾਦੀ ਕਾਨੂੰਨ ਲਾਗੂ ਕਰ ਰਹੇ ਇਸਲਾਮਿਕ ਕਾਨੂੰਨ, ਜਿਹੜੇ ਸਭ ਤੋਂ ਜ਼ਿਆਦਾ ਦੁਨੀਆਂ 'ਚ ਚਰਚਾ ਕਰਾਈ ਸੀ ਉਹ ਹਿਜਾਬ ਦਾ ਸੀ, ਜਿਹਦੇ ਕਰਕੇ ਔਰਤਾਂ ਹੁਣ ਖੁਸ਼ੀ ਮਨਾ ਰਹੀਆਂ ਨੇ। ਤੋ ਹੁਣ ਵੈਸੇ ਇੱਕ ਇਹਨਾਂ ਦਾ ਰਾਸ਼ਟਰਪਤੀ ਉਪ ਰਾਸ਼ਟਰਪਤੀ ਉਹਨੂੰ ਦਿੱਤਾ ਚਾਰਜ, ਮੁਖਬਰ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ, 5 ਦਿਨ ਦਾ ਸ਼ੌਕ ਜਿਹੜਾ ਹੋਣਾ ਹੈ ਸਾਰਾ ਕੁਛ ਹੈ। ਤੇ ਮੈਂ ਤੁਹਾਨੂੰ ਕਿਹਾ ਸੀ ਕਿ ਭਾਰਤ ਤੇ ਕੀ ਅਸਰ ਪੈ ਸਕਦਾ, ਦੇਖੋ ਉੱਥੇ ਇੱਕ ਟਕਰਾਅ ਦੀ ਸਥਿਤੀ ਬਣ ਰਹੀ ਹੈ, ਯਾਨੀ ਇਹ ਜਿਹੜਾ ਖਮੈਨੀ ਤੇ ਫੌਜ ਇਹ ਆਪਸ ਚ ਟਕਰਾਉਣ ਵਾਲੇ ਪਾਸੇ ਵੱਧ ਸਕਦੇ, ਤੇ ਉਹਦੇ ਨਾਲ ਕੀ ਨੁਕਸਾਨ ਹੋਊਗਾ, ਉਹਦੇ ਨਾਲ ਤੇਲ ਤੇ ਗੈਸ ਇਹ ਦੋਨੇ ਕੀਮਤਾਂ ਅਸੀਂ ਉੱਥੋਂ ਲੈਂਦੇ ਹਾਂ ਤੇ ਸਾਡੇ ਇਹਨਾਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ, ਇਸ ਕਿਸਮ ਦਾ ਅਸਰ ਵੀ ਪੈ ਸਕਦਾ। ਇੱਕ ਖਬਰ ਤੁਹਾਡੀ ਮੈਂ ਸਾਂਝੀ ਕੀਤੀ ਸੀ ਉਹਦੀ ਹੈਡਲਾਈਨ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, 18 ਸਾਲ ਤੋਂ ਘੱਟ ਉਮਰ ਦਾ ਬੰਦਾ ਜੇ ਨਾਬਾਲਗ ਕਹਿ ਲਓ ਆਪਣੇ ਜੇ ਕਾਨੂੰਨ ਦੇ ਅੰਦਰ ਨਾਬਾਲਗ ਨਸ਼ਾ ਉਹ ਕਰ ਸਕਦਾ, ਨਸ਼ਾ ਉਹਨੇ ਕੀਤਾ, CCTV ਆ ਗਈ ਸਾਹਮਣੇ, ਨਸ਼ਾ ਕਰਕੇ ਗੱਡੀ ਚਲਾ ਰਿਹਾ, ਤੇਜ਼ ਗੱਡੀ ਚਲਾ ਰਿਹਾ, 220 ਦੀ ਸਪੀਡ ਤੇ ਗੱਡੀ ਚਲਾ ਰਿਹਾ, 2 ਇੰਜੀਨੀਅਰ ਦੀ ਜਾਨ ਲੈ ਲਈ, ਔਰ ਕੋਰਟ ਦੇ ਵਿੱਚ ਕੇਸ ਚੱਲਦਾ ਤੇ ਨਾਲ ਦੀ ਨਾਲ ਜਮਾਨਤ ਹੋ ਜਾਂਦੀ ਹੈ। ਸਜ਼ਾ ਕਿ 300 ਸ਼ਬਦਾਂ ਦੇ ਲੇਖ ਲਿਖ ਕੇ ਦੇ ਦਿਓ ਜੀ,
ਨਸ਼ਾ ਕੀਤਾ ਹੋਇਆ ਹੈ, 2.5-3 ਕਰੋੜ ਦੀ ਗੱਡੀ ਹੈ, ਕੀ ਇਹ ਸਾਰਾ ਕੁਛ ਸਹੀ ਹੋ ਰਿਹਾ? ਸਵਾਲ ਤਾਂ ਉੱਠਣੇ ਨੇ। ਇਹ ਤਾਂ ਨਹੀਂ, 304 ਲਾਈ ਹੈ, 304A ਨਹੀਂ ਲਾਈ। ਇਸ ਤਰ੍ਹਾਂ ਸਾਫਟ ਇੰਜੀਨੀਅਰ ਚਲੇ ਗਏ ਨੇ ਦੋ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਨੀ ਸੀ, ਤੇ ਇਹ ਕਾਕਾ ਜੀ ਤੁਸੀਂ ਛੱਡਤੇ। ਜਿਹਦੇ ਕੋਲ 2.5-3 ਕਰੋੜ ਦੀ ਗੱਡੀ ਆਪਦੇ ਛੋਕਰੇ ਨੂੰ ਦੇਣ ਲਈ ਹੈ, ਤੇ ਪੈਸਾ ਹੋਏਗਾ, ਤੇ ਪੈਸੇ ਵਾਲੇ ਲਈ ਤੇ ਆਮ ਬੰਦੇ ਵਾਲੇ ਕਾਨੂੰਨ ਬਰਾਬਰ ਕਿੱਥੇ ਹੈ ਜੀ? ਫਿਰ ਖੈਰ, ਦੂਜੀ ਗੱਲ ਜਿਹੜੀ ਸੋਸ਼ਲ ਮੀਡੀਆ ਦੀ, ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਟ੍ਰੋਲ ਹੁੰਦੇ ਨੇ ਕਈ ਲੋਕ, ਉਹ ਬਹੁਤ ਗਲਤ ਅਸਰ ਪੈਂਦਾ, ਹੋਣਾ ਨਹੀਂ ਚਾਹੀਦਾ। ਹੁਣ 33 ਸਾਲ ਦੀ ਬੀ ਰਮਈਆ, ਉਹ ਆਪਦੇ ਪੇਕੇ ਗਈ, ਬੱਚੀ ਆ ਉਹਦੇ ਕੋਲ, 5 ਸਾਲ ਦਾ ਬੇਟਾ, 7 ਮਹੀਨੇ ਦੀ ਬੱਚੀ ਹੈ, ਬੱਚੀ ਨੂੰ ਦੁੱਧ ਪਿਲਾ ਰਹੀ ਸੀ, 28 ਅਪ੍ਰੈਲ ਦੀ ਗੱਲ ਹੈ। ਬੱਚੀ ਤਿੜਕ ਕੇ ਡਿੱਗ ਪਈ, ਚੌਥੀ ਮੰਜ਼ਿਲ ਦੇ ਟੈਰਿਸ ਤੇ ਖੜੀ ਸੀ, ਬੱਚੀ ਬਚ ਗਈ। ਉਹ ਕਿਤੇ ਕਿਸਮਤ ਚੰਗੀ ਸੀ ਬੱਚੀ ਦੀ, ਜਿਸ ਕੋਲ ਰੱਖੇ ਸਾਈ, ਉਹ ਪਹਿਲੀ ਮੰਜ਼ਿਲ ਦੇ ਤੇ ਕਿਤੇ ਫਸ ਗਈ, ਲੋਕਾਂ ਨੇ ਬਚਾ ਲਈ, ਚਲੋ ਸਾਰਾ ਕੁਛ ਹੋ ਗਿਆ। ਇਹਦੇ ਬਾਰੇ ਇੰਨਾ ਕੁਛ ਸੋਸ਼ਲ ਮੀਡੀਆ ਚੱਲਿਆ ਜੀ, ਇਹ ਜਿਹੜੀ ਹੈ ਇਹ ਲਾਪਰਵਾਹ ਮਾਂ ਹੈ, ਨੇ ਬੱਚੀ ਨੂੰ ਸੰਭਾਲਿਆ, ਮਾਰਤਾ ਸੀ, ਇਹ ਉਹ ਇੰਨਾ ਡਿਪਰੈਸ਼ਨ ਚਲੇ ਗਈ, ਉਹਨੇ ਸੁਸਾਈਡ ਕਰ, ਉਹਦਾ 5 ਸਾਲ ਦੇ ਬੱਚੇ ਦੀ ਵੀ ਮਾਂ ਗਈ, ਇਹਦੀ ਵੀ ਗਈ। ਇਹਦੀ ਸੋਸ਼ਲ ਮੀਡੀਆ ਤੇ ਲਿਖਣ ਤੋਂ ਪਹਿਲਾਂ ਤੁਸੀਂ ਉਹਦਾ ਅਸਰ ਜ਼ਰੂਰ ਦੇਖੋ ਵੀ ਕਿੰਨਾ ਕੁ ਪੈਂਦਾ ਜਾਂ ਕੈਸਾ ਪੈ ਸਕਦਾ ਹੈ, ਇਹ ਬਹੁਤ ਜ਼ਰੂਰੀ ਹੈ। ਤੇ ਮੈਂ ਤੁਹਾਨੂੰ ਇੱਕ ਹੋਰ ਜ਼ਿਕਰ ਕੀਤਾ ਸੀ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਨਾ ਅਸਲ ਖਬਰ ਇਹ ਬਣਦੀ ਹੈ, ਉੱਥੇ ਇੱਕ ਜਲ੍ਹਿਆਂਵਾਲੇ ਬਾਗ ਕੋਲ ਇੱਕ ਬੰਦ ਫੈਕਟਰੀ ਹੈ, ਚਾਹ ਦੀ ਜਗ੍ਹਾ ਹੈਗੀ ਹੈ, ਲੋਕ ਉੱਥੇ ਬੈਠਦੇ ਨੇ, ਚਰਚਾ ਕਰਦੇ ਨੇ, ਕੱਲ ਵੀ ਉਹਨਾਂ ਨੇ ਚਰਚਾ ਕੀਤੀ, 100 ਸਾਲ ਪੁਰਾਣੀ ਫੈਕਟਰੀ। ਉਹਦੇ ਵਿੱਚ ਮੈਨੂੰ ਚੰਗੀ ਲੱਗੀ ਕਿ ਜਿਹੜੇ ਲੋਕ ਬੈਠੇ ਉੱਥੇ ਗੱਲ ਕਰ ਰਹੇ ਨੇ ਕਿ ਵੀ ਅਸੀਂ ਤਾਂ ਇੱਕ ਏਜੰਡਾ ਸੈੱਟ ਕਰ, ਅਸੀਂ ਹੈਗਾ ਬਾਰਡਰ ਸਟੇਟ, ਜਿਹੜੇ ਬੰਦੇ ਸਾਨੂੰ ਆ ਕੇ ਕਹਿਣਗੇ ਵੀ, ਗਰੰਟੀ ਦੇਣਗੇ ਵੀ ਨਸ਼ਾ ਕਿਵੇਂ ਦੂਰ ਕਰਾਂਗੇ, ਤੇ ਸਾਡੀਆਂ ਤਾਂ ਨਸਲਾਂ ਖਰਾਬ ਹੋ ਰਹੀਆਂ ਨੇ, ਤੇ ਫਿਰ ਅਸੀਂ ਉਹਨੂੰ ਵੋਟ ਪਾਵਾਂਗੇ, ਇਹ ਗੱਲ ਹੋਣੀ ਚਾਹੀਦੀ? ਇਹੀ ਮੈਂ ਕਹਿੰਦਾ ਕਿ ਏਜੰਡਾ ਸੈਟਿੰਗ ਥਿਉਰੀ ਸਭ ਨੂੰ ਵਰਤਣੀ ਚਾਹੀਦੀ। ਜਿਹੜਾ ਵੀ ਲੀਡਰ ਤੁਹਾਡੇ ਕੋਲ ਆਉਂਦਾ ਹੈ, ਜੋ ਤੁਹਾਡੇ ਆਪਣੇ ਏਰੀਏ ਦੀਆਂ ਸਮੱਸਿਆਵਾਂ ਨੇ, ਜੋ ਸੂਬੇ ਦੀਆਂ ਸਮੱਸਿਆਵਾਂ, ਉਹਨੂੰ ਰੱਖੋ ਸਾਹਮਣੇ, ਕਹੋ ਕਿ ਤੁਸੀਂ ਇਹਨੂੰ ਦੱਸੋ ਤੁਹਾਡਾ ਕੀ ਸਟੈਂਡ ਹੈ, ਤੇ ਫਿਰ ਉਹ ਤੁਸੀਂ ਅੱਗੇ ਵੱਧ ਸਕਦੇ ਹੋ। ਖੈਰ, ਇਸ ਤਰ੍ਹਾਂ ਹੁਣ ਜਦੋਂ ਇਲੈਕਸ਼ਨ ਚੱਲ ਰਹੀ ਹੈ, ਇਹਦੇ ਚ ਇਹ ਲੋਕਾਂ ਨੂੰ ਸੋਚ ਲੈਣਾ ਚਾਹੀਦਾ। ਮਾਨ ਸਾਹਿਬ ਦੀ ਇੱਕ ਖਬਰ ਅੱਜ ਕੱਲ ਫੇਰ ਚੱਲੀ, ਕਹਿੰਦੇ ਜੀ ਉਹਨਾਂ ਨੇ ਇੱਕ ਯੂਟਰਨ ਨੂੰ ਹੁਣ ਲਿਆ ਵੀ ਆਟਾ ਮਿੱਲਾਂ ਨੂੰ ਉਹਨਾਂ ਨੇ ਕਹਿਤਾ ਕਿ ਤੁਸੀਂ ਆਟਾ ਨਾ ਪੀਸੋ। ਇੱਕ ਉਹਨਾਂ ਨੇ ਮੇਲ ਕੀਤੀ, ਮਾਰਕ ਫੈਡ ਵੱਲੋਂ ਉਹਨਾਂ ਨੇ ਦੁਕਾਨਾਂ ਖੋਲੀਆਂ ਸੀ, ਮਾਡਲ ਫੇਅਰ ਪ੍ਰਾਈਸ ਸ਼ਾਪਸ, ਉੱਥੇ ਇਹ ਆਟਾ ਜਿਹੜਾ ਜਾਂਦਾ ਸੀ, ਜਿਹਦਾ ਵਿਰੋਧ ਕੀਤਾ ਸੀ ਸਾਡੇ ਡਿਪੂ ਹੋਲਡਰ, ਤਕਰੀਬਨ 18,000 ਡਿਪੂ ਹੋਲਡਰ ਨੇ ਪੰਜਾਬ ਦੇ, ਜਿਨ੍ਹਾਂ ਨੇ ਵਿਰੋਧ ਕੀਤਾ ਸੀ, ਹੁਣ ਉਹ ਹਾਲੇ ਵੀ ਵਿਰੋਧ ਕਰ ਰਹੇ ਨੇ। ਹੁਣ ਜਿਹੜੀ ਈਮੇਲ ਆ ਗਈ ਕਿ ਵੀ ਹਾਲੇ ਚੁੱਪ ਰਹੋ, ਅਗਲੇ ਹੁਕਮਾਂ ਤੱਕ ਕੁਛ ਨਾ ਕਰੋ, ਲੋਕ ਕਹਿੰਦੇ ਨੇ ਇੱਕ ਹੁਣ ਕਣਕ ਵੇਚ ਰਹੇ ਨੇ, ਇਹ ਉਦੋਂ ਇੰਨਾ ਖਰਚਾ ਕਰਤਾ ਜੀ, ਆਟਾ ਜਾਓ ਬਰਾਬਰ ਦਾ ਹੋ, ਇਹ ਚੱਕਰ ਕੀ ਹੈ, ਇਹਦੇ ਪਿੱਛੇ ਕੀ ਹੈ, ਇਹ ਜਾਂਚ ਹੋਣੀ ਚਾਹੀਦੀ ਹੈ, ਕੋਈ ਜਾਂਚ ਤਾਂ ਹੋਣੀ ਚਾਹੀਦੀ ਹੈ। ਇਹ ਯੂਟਰਨ ਜਿਹੜਾ ਲਿਆ ਕੋਈ ਜ਼ਿਆਦਾ ਵਧੀਆ ਨਹੀਂ ਲਿਆ। ਸੋ ਪਹਿਲੇ ਦਰਸ਼ਕੋ, ਖਬਰਾਂ ਦਾ ਸਿਲਸਿਲਾ ਆਪਾਂ ਇੱਥੇ ਸਮਾਪਤ ਕਰਦੇ ਹਾਂ, ਕੱਲ੍ਹ ਮਿਲਦੇ ਹਾਂ ਸਵੇਰੇ 8:40
ਖਬਰ ਤੇ ਨਜ਼ਰ ਰਜਿੰਦਰ ਵਾੜੀਆ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰ ਤੇ ਨਜ਼ਰ, ਹਾ ਹਾ।